ਦੀ ਬਾਣੀ ਰਾਗ ਗੌੜੀ ਵਿੱਚ ਚੱਲ ਰਹੀ ਹੈ। 7 ਵਾਰ ਇਹ ਬਾਣੀ ਜੋ ਵਿਚਾਰਾਧੀਨ ਹੈ ਉਹ ਆਰੰਭ ਹੋ ਰਹੀ ਹੈ। ਸ਼ਬਦ ਹੈ ਸੋਮਵਾਰ ਸਸ ਅੰਮ੍ਰਿਤ ਚਰੈ ਚਾਖਤ ਬੇਗ ਸਗਲ ਬਿਖ ਹਰੈ। ਭਾਵਨ ਸ਼ਬਦ ਆਰੰਭ ਹੋਣ ਜਾ ਰਿਹਾ ਬੜੇ ਪਿਆਰ ਸਤਿਕਾਰ ਸਹਿਤ। ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਪੁੱਜ ਚੁੱਕੇ ਹਨ, ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰੀਏ। 9 ਵਜੇ ਤੋਂ ਲੈ ਕੇ 9:40 ਤੱਕ ਕੈਪਟਨ ਯਸ਼ਪਾਲ ਸਿੰਘ ਜੀ ਵੀ ਹਾਜ਼ਰੀ ਭਰਨਗੇ। ਸੋ ਇਸੇ ਤਰ੍ਹਾਂ ਜੁੜ ਬੈਠ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਪਿਆਰ ਸਾਹਿਬ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਮਵਾਰ ਸਸ ਅੰਮ੍ਰਿਤ ਚਰੈ ਚਾਖਤ ਬੇਗ ਸਗਲ ਬਿਖ ਹਰੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆਪ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰਾਮਤ ਸਦਕਾ ਉਹਨਾਂ ਮਹਿੰਗੀ ਬਾਣੀਆਂ ਦੀ ਵਿਚਾਰ ਸਰਵਣ ਕਰ ਰਹੇ ਹੋ, ਜੋ ਹੋ ਸਕਦਾ ਕਿ ਕਈ ਗੁਰਸਿੱਖ ਪਿਆਰਿਆਂ ਨੇ ਉਹਨਾਂ ਬਾਣੀ ਨੂੰ ਪੜ੍ਹਿਆ ਵੀ ਨਾ ਹੋਏ। ਇਸ ਤਰ੍ਹਾਂ ਦੀਆਂ ਮਹਿੰਗੀਆਂ ਬਾਣੀਆਂ ਨੇ, ਸੱਚਾਈ ਇਹ ਹੈ ਕਿ ਸਾਡਾ ਰਾਫਤਾ ਨਹੀਂ ਕਾਇਮ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦੀਦਾਰ ਸਤਿਗੁਰ ਜੀ ਦੀ ਮਿਹਰਾਮਤ ਸਦਕਾ ਆਪ ਸੰਗਤ ਕਰ ਰਹੇ ਹੋ। ਥਿੱਤੀ ਗੌੜੀ ਕਬੀਰ ਜੀਓ ਕੀ ਬਾਣੀ ਪਿਛਲੇ ਦਿਨਾਂ 'ਚ ਕੱਲ੍ਹ ਵਿਚਾਰੀ ਹੈ, ਕੱਲ੍ਹ ਅੰਜਾਮ ਤੱਕ ਪਹੁੰਚੀ ਉਹ ਬਾਣੀ। ਅੱਜ ਇੱਕ ਹੋਰ ਬਾਣੀ ਜਿਹਦੀ ਵਿਚਾਰ ਕੱਲ੍ਹ ਆਰੰਭ ਕਰਤੀ ਸੀ। ਵਾਰ ਹਫ਼ਤੇ ਦੇ 7 ਦਿਨ ਜ਼ਿਕਰ ਕੀਤਾ ਸੀ। ਵਿਸਵੇ ਚਸੀਆਂ ਘਰੀਆਂ, ਇਹ 3 ਇਕਾਈ ਛੋਟੀਆਂ ਨੇ। ਫਿਰ ਪਹਿਰਾਂ, ਪਹਿਰੇ ਬਾਣੀ ਪੜ੍ਹ ਚੁੱਕੇ ਹਾਂ ਅਸੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵੀ ਹੈ, ਗੁਰੂ ਰਾਮਦਾਸ ਜੀ ਦੀ ਵੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ, ਜਿਹਨੂੰ ਆਪਾਂ ਕਹਿੰਦੇ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਹਾ। ਇਹ ਹੋ ਗਈ ਵਿਸਵੇ ਚਸੀਆਂ ਘੜੀਆਂ, ਇਹ 3 ਇਕਾਈ ਛੋਟੀ ਪਹਿਰੇ ਬਾਣੀ ਮਿਲੇਗੀ। ਅੱਗੇ ਦੇਖੋ, ਵਿਸਵੇ ਚਸੀਆਂ ਘੜੀਆਂ ਪਹਿਰਾਂ ਥਿੱਤੀ, ਥਿੱਤੀ ਪੜ੍ਹ ਲਿਆ, ਹੁਣ ਵਾਰ ਤੇ ਆ ਗਈ। ਮਾਹ ਮਹੀਨੇ ਦੀ ਵਿਚਾਰ ਅਸੀਂ ਪੜ੍ਹ ਚੁੱਕੇ ਹਾਂ ਗੁਰੂ ਅਰਜਨ ਸਾਹਿਬ ਜੀ ਦੀ। ਅੱਗੇ ਤੁਖਾਰੀ ਰਾਗ ਤੇ ਗੁਰੂ ਨਾਨਕ ਸਾਹਿਬ ਜੀ ਦੀ ਪੜ੍ਹਾਂਗੇ। ਤੁਸੀਂ ਦੇਖੋ ਬਰੀਕੀ ਕਿੰਨੀ ਹੈ ਇਸ ਬਾਣੀ ਦੇ ਇੱਕ ਇੱਕ ਲਫ਼ਜ਼ ਦੀ, ਕਿ ਗੁਰੂ ਸਾਹਿਬ ਨੇ ਕੋਈ ਇਕਾਈ ਨਹੀਂ ਛੱਡੀ ਸਮੇਂ ਦੀ, ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਆਹ ਜਿਹੜੀ ਬਾਣੀ ਦੀ ਵਿਚਾਰ ਹੈ, ਇਹ ਵਾਰ 7 ਵਾਰ ਜਿਹਨੂੰ ਆਪਾਂ ਸੋਮਵਾਰ, ਮੰਗਲਵਾਰ, ਬੁੱਧਵਾਰ, ਸ਼ਨਿਚਰਵਾਰ ਕਹਿੰਦੇ ਹਾਂ, ਸਤਿਗੁਰੂ ਜੀ ਮਿਹਰ ਕਰਨ ਇਸ ਬਾਣੀ ਦੇ ਇੱਕ ਇੱਕ ਸ਼ਬਦ ਨੂੰ ਵਿਚਾਰੀਏ, ਨਿਤਾ ਪ੍ਰਤੀ ਕੋਸ਼ਿਸ਼ ਕਰੀਏ ਕਿ ਇਸ ਬਾਣੀ ਦੇ ਵਿੱਚੋਂ ਜੋ ਉਪਦੇਸ਼ ਭਗਤ ਜੀ ਦੇ ਰਹੇ ਹੈ ਉਹ ਉਪਦੇਸ਼ ਅਸੀਂ ਦ੍ਰਿੜ ਕਰ ਸਕੀਏ। ਆਪ ਅਸੀਸ ਬਖਸ਼ੋ, ਮਿਹਰਾਮਤ ਬਖਸ਼ੋ, ਆਪ ਸੰਗਤਾਂ ਦੀ ਚਰਨ ਬੋਸੀ ਕਰ ਸਕੀਏ। ਵਿਚਾਰ ਆਰੰਭਣ ਤੋਂ ਪਹਿਲਾਂ ਜੀ ਬੇਨਤੀ ਸਵੀਕਾਰ ਕਰਿਓ, ਮਨੋਬਿਰਤੀਆਂ ਇਕਾਗਰ ਕਰਿਓ, ਮਨ ਦੇ ਸਾਰੇ ਵਿਕਾਰਾਂ ਨੂੰ ਰੋਕ ਕੇ ਇਸ ਬਾਣੀ ਦੀ ਮਹਿੰਗੀ ਵਿਚਾਰ ਦੇ ਵਿੱਚ ਧਿਆਨ ਟਿਕੇ ਜੀ। ਆਪ ਸੰਗਤ ਟਿਕਾ ਬਖਸ਼ੋਗੇ ਤੇ ਇਹ ਬਾਣੀ ਦੀ ਵਿਚਾਰ ਤਾਂਹੀਓ ਹੁੰਦੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਮਿਹਰ ਕਰੋ ਜੀ,
जपो जी सारे सतगुरु जी की बख्शी फतेह, आखो जी वाहेगुरु जी का खालसा वाहेगुरु जी की फतेह। इस बाणी की आरंभता कल की है और रहाओ की तुका सारी बाणी के नाल ही चलेगी। बार बार हर के गुण गावो, यूं समझो कि हुण जिनी भगत की बाणी है ना, अगे जिनियां भगतां की बाणी असी पढ़ांगे, अज के दिन की विचार है। आ बस नचोड़ यही तुक है, बारंबार प्रभु के नाम नूं जपण का जिक्र किया है। कई तोता रटन कह देंदे, कई कह देंदे की होंदा बार बार बोल बोल के की मिलना है, की हो जाएगा, की सवर जाएगा। पर भगत जी कहिंदे आ तोता रटन दुनिया के लोगों लिए तोता रटन है, पर किथे बाहरों रटदे रटदे एक बारी मन ने आख दिता ना, एक बारी मन का आख्या होया भी प्रवान हो जाना। वो एक बारी तक पहुंचने लई ते लखां करोड़ों वारी जपना पेगा। भाई कल भी जिक्र किया सी साडे मन दे, कली मन की खेड नहीं है, तन की खेड बड़ी बिखम है, तन दे एक एक सैल की मैमरी है, उत्थे तक बाणी ने पहुंचना है। तन नूं भी पवित्र करना है इस बाणी ने। ये रहाओ दी तुक है, बार बार हर के गुण गावो, गुर गम भेद सो हर का पावो रहाओ। गुर गम, गम कहिंदे जपना। दुनिया का साडा अंग्रेजी कैलेंडर सोमवार तो शुरू होंदा है, मंडे साडा वर्किंग डे, ऐतवार नूं छुट्टी होंदी है। पर भगत जी गुरु ग्रंथ साहब जी की बाणी विचों ऐतवार नूं आरंभित करदे है। ऐतवार की विचार कल की, अज सोमवार की विचार है जी। सोमवार सस, क्योंकि ऐतवार सूरज का दिन सी, सोमवार चंद्रमा का दिन मनिया गया है इन्हां नक्षत्र ते ग्रह दे ग्रंथ दे विच, इस पढ़ाई दे विच। सोमवार सस अमृत झर है। जिस तरह सोमवार चंद्रमा का दिन मनिया जाता है, ये गुरु के सिखा तेरे अंदर चंद्रमा जिन्नी ठंडक आ जाए, तेरे अंदरों अमृत रूपी शब्द निकलन, गुरु की बाणी दे विचों निचोड़े हुए, गुरु की बाणी दे विच रंगीचे हुए लफ्ज निकलन। जे आम गल भी की जाए, जे आम ग्रिस्त की गल भी होए ते वह भी बाणी की रंगत च होए। इनू क्या सोमवार सस, सस कहिंदे चंद्रमा। अमृत झरै चाखत बेग सगल बिख हरै, कहिंदे फिर इवें की होएगा जब अंदर ठंडक पेगी नाम की, फिर देरी नहीं होएगी। बेग कहिंदे छेती, छेती ही मन दे जिन्ने विकारी फुरने ने, मैल है कहिंदे ये सब बिख सब जहर हरै, खत्म होएगी जी बाणी रोकिया रह दुआरो, तौ मन मतवारो पीवन हारो। मन दे फुरने, मन दे फुरने नूं रोकण लई मन दे उत्ते बाणी दे शब्द लाउणे पैणगे। भगत जी ने पूरा लफ्ज प्रगट कर दिता, कोई भेत ही नहीं रखिया, लफ्ज भी बाणी वरत लिया। भाई ये जिहड़ी गुरु की बाणी है, जिस बाणी दे विच सारे अमृत पए ने, ये अंदर दे बिख नूं साड़ के रखेगी, ये खत्म करेगी। जिथे मन दे विकारी फुरने ने उथे ये बाणी आ जाए, होर कुछ नहीं। रब दा की पौना इथों पुटना ते इथे लाउणा। एक बड़ी प्यारी कवित सवैये दे विचार है भाई गुरदास जी दी, इहदा जिक्र भाई वीर सिंह जी ने भी किया है, इहदा जिक्र प्रोफेसर जसवंत सिंह नेकी, डॉक्टर जसवंत सिंह नेकी होरां ने भी किया है। कहिंदे जिस वेले राती चोर चोरी कर रहा हुंदा, उहदा ध्यान बड़ा ही डूंगा हुंदा। चोर दी स्रोत, चोर दी तकनी, चोर दा पैर तक कदम रखना, कहिंदे ये बड़ा ही कहिंदे संजम वाला हुंदा। उहदी स्रोत भी आम नाल उहनूं माड़ी जी खटक भी सुन जांदी है, इन्ना ध्यान वह मगन हुंदा चोरी च। पर कहिंदे जिस वेले चौकीदार दी सीटी वज जाए, या चौकीदार सोटा खड़का दे, डंडा खड़का दे, जागदे रहो, कहिंदे चोर दी सारी सुरत टुट जांदी है, सारा ध्यान इत्थों तक कि वह चोरी करना ही भुल जांदा है, उहदे हाथ पैर कंबन लग जांदे, वह चोरी का ख्याल खत्म हो जांदा है, अंदर उह जा उह जी बिरती भुल जांदा है। ते भाई साहब जी कहिंदे जिस तरह चोर आ सीटी सुन के बिल्कुल ऐन पापा नूं छड्ड दिंदा है, कहिंदे मन भी चोर है। मन नूं जे गुरु नानक साहब महाराज जी की बाणी सुन गई, कहिंदे इन्ने झाटी विकार वह चोर वाले छड्ड देने, भुल जाएगा ये मन। यही चीज है कि यह मन बाणी सुन ले, बिल्कुल भुल जाएगा विकार, बिल्कुल ही जिथे विकार हावी ने। भगत कबीर जी कहिंदे बाणी, बाणी ही लैके आओ उथे विकार नूं रोकिया, उन्हां विकारां नूं रोकण लई, मन नूं भजण लई बाणी रोकिया रह
द्वार ते ए मन प्रभु दे द्वार दे विच टिके प्रभु दी बाणी दे विच जिनू क्या सो दर तेरा केहा सो कर केहा केड़ा दर है केड़ा कर है उदर बाणी दा ही है जी ताओ मन मतवारो पीवन हार ता मन मौलिया जाएगा जिनू गुरु नानक साहब महाराज कहंदे है बाबा मन मतवारो नाम रस पीवे होर बिख जहर नू छड ते प्रभु दा नाम रस पीना कर जी मंगलवारे ले माही तो पंच चोर की जानरी तो एक स्याना राजा स्याना महाराज वजीर ओही होंदा है जेड़ा अपनी रहन वाली थां किले वाली थां नू बड़े सोहने सुहिरद तरीके नाल बनाए जिथे चोर ना आके कब्जा हमला करन इनू क्या माहीत ते एक सुहिरद भगत ओ है जेड़ा अपने मन दे दुआले एक एहो जा किला बनाए बाणी दा बाणी दी फौज बनाए कि इहदे उत्ते पंज विकार हमला ना कर सकन। बड़ी डूंगी विचार है जी। फिर मैं आप संगतां दे सन्मुख बेनती करा जिस तरह कल सारा जोर सुरही ते लग गया सी जेड़ा लफ्ज है सुरभी सुरभी तों सुरही बनिया है इहदे कई अर्थ कीते ने भाई कान सिंह नाभा ने एक अर्थ जेड़ा असी खुशबू वाला लिया कि साड़ी सुरत उस थां ते पहुंच जाएगी जिस थां ते गुरु साहब जी ने जिस खुशी दे विच ए बाणी जिस आनंद दे विच ए बाणी उचारी सी जिस वेले उह बाणी उचार रहे होणगे बाणी इलहाम ते सुरत लैके जाइए गुरु हर राय साहब महाराज जी दे अज पातशाह जी दा आपां प्रकाश पुरब मना रहे हैं गुरता गद्दी वाहिगुरु गुरु हर राय साहब महाराज जी का जिहड़ा जीवन है ना बड़िया बख्शिशां पर है। आप संगत इस गल तो जाणू चंगी तरह कि गुरु हर राय साहब महाराज जी ने 9 लाख बाग बनाया कई कहिंदे 9 लाख बूटियां सी कई कहिंदे 9 लाख कीमत का बाग कई कहिंदे कि उस बाग ते शेर ते बकरी कट्ठे रहिंदे सी उथे लैबोरेटरी भी सी गुरु हर राय साहब महाराज जी ने नशा मुक्ति केंद्र बनाया कि नख खेड़ा सी हुण इहनू सुर ही क्या जिस वेले आपां ओ इतिहास दीआं वनगियां चेते करदे आ कि दादा गुरु हरगोबिंद साहब महाराज जी पुछदे है बेटा जी की होया क्यों विराग है क्यों मन इस तरह विरागिया पिया ते उन्होंने कहा कि चोले नाल लग के फुल टिक टुट गया जिस फुल ने 2-4-5-10 दिन होर खुशबू ते रंगत फैलाउणी सी ਉਹ ਚੋਲੇ ਨਾਲ ਵੱਜ ਕੇ ਟੁੱਟ ਗਿਆ ਤੇ ਫਿਰ ਦਾਦਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬੇਟਾ ਜੀ ਜੇ ਚੋਲਾ ਪਾਓ ਤੇ ਚੋਲਾ ਸੰਕੋਚ ਕੇ ਤੁਰੋ ਇਹਨੂੰ ਨਿਗਰਹ ਕਰੈ ਕਿਹਾ ਹੈ ਇਹ ਹੋਰਾਂ ਦੇ ਲੋਕਾਂ ਦੀ ਵਿਚਾਰ ਨਹੀਂ ਜੀ ਜਿਹੜੇ ਦੁਨੀਆਂ ਦੇ ਰੱਸਾਂ ਕੱਸਾਂ 'ਚ ਰੁੱਝੇ ਹੋਏ ਨੇ ਉਹਨਾਂ ਲਈ ਇਹ ਗੱਲ ਨਹੀਂ ਹੈ ਹਾਂ ਸੱਚਾਈ ਤਾਂ ਇਹ ਹੈ ਰੱਸਾਂ ਕੱਸਾਂ 'ਚ ਅਸੀਂ ਵੀ ਰੁੱਝੇ ਹੋਏ ਹਾਂ ਪਰ ਸਤਿਗੁਰੂ ਜੀ ਨੇ ਇੰਨਾ ਕੁ ਤਰਸ ਕੀਤਾ ਹੈ ਕਿ ਆਪਣੇ ਚਰਨ ਕਮਲਾਂ ਦੇ ਵਿੱਚ ਥਾਂ ਦਿੱਤੀ ਹੈ ਭਾਵੇਂ ਇੱਕ ਘਰੀ ਆਦਿ ਘਰੀ ਦਿੱਤੀ ਹੈ ਇਹ ਸੁਰਹੀ ਇਹ ਸੁਰਤ ਉੱਥੇ ਜਾਏਗੀ ਕਿ ਵਾਕਈ ਧਰਮ ਦੇ ਮਾਰਗ ਤੇ ਤੁਰਨ ਲੱਗਿਆਂ ਬਾਣੀ ਪੜਨ ਲੱਗਿਆਂ ਸਾਨੂੰ ਚੋਲਾ ਸੰਕੋਚਣਾ ਪਏਗਾ ਸਾਨੂੰ ਪਾਪ ਵਾਲੀਆਂ ਬਿਰਤੀਆਂ ਨੂੰ ਰੋਕਣਾ ਪਏਗਾ ਸਾਨੂੰ ਆਪਣੇ ਆਪ ਨੂੰ ਜਿੰਨਾ ਜ਼ਿਆਦਾ ਵਾਸ਼ਨਾ ਵਾਲੀ ਤ੍ਰਿਸ਼ਨਾ ਉਹਨੂੰ ਘਟਾ ਕੇ ਤੇ ਗੁਰੂ ਗੁਰੂ ਜਪਣਾ ਪਏਗਾ ਇਹਨੂੰ ਕਿਹਾ ਮੰਗਲਵਾਰੇ ਲੇ ਮਾਹੀਤ ਇਹੋ ਜਿਹਾ ਕਿਲਾ ਬਣਾਓ ਮਨ ਦੇ ਦੁਆਲੇ ਪਤਾ ਕਰੋ ਪੰਚ ਚੋਰ ਕੀ ਜਾਣੈ ਰੀਤ ਕਿਹੜਾ ਫੁਰਨਾ ਮੇਰਾ ਅੰਦਰ ਦਾ ਅੰਮ੍ਰਿਤ ਲੁੱਟ ਰਿਹਾ ਕਿਹੜਾ ਫੁਰਨਾ ਮੈਨੂੰ ਸਿਮਰਨ ਵੇਲੇ ਸਤਾਉਂਦਾ ਉਸ ਫੁਰਨੇ ਦੀ ਜੜ ਨੂੰ ਫੜੋ ਉਸ ਵਿਕਾਰ ਦੀ ਜੜ ਨੂੰ ਫੜੋ ਇਹੀ ਕਹਿੰਦੇ ਆ ਕਿ ਪੰਜ ਜਿਹੜੇ ਇਹ ਪੰਜ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਦੀ ਰੀਤ ਨੂੰ ਜਾਣੋ ਇਹ ਕਿਵੇਂ ਆ ਕੇ ਮਨ ਤੇ ਹਾਵੀ ਹੁੰਦੇ ਨੇ ਜੀ ਘਰ ਛੋੜੇ ਬਾਹਰ ਜਿਨ ਜਾਏ ਨਾਤਰ ਖਰਾ ਰਿਸਹਿ ਰਾਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ ਕਬੀਰ ਸਾਹਿਬ ਵੀ ਕਹਿੰਦੇ ਆ ਕਿ ਇਹੋ ਜਿਹਾ ਦਰ ਛੱਡ ਕੇ ਕਿੱਥੇ ਜਾਂਦੇ ਹੋ ਭਾਈ ਹੋਰ ਕਿੱਥੇ ਨਹੀਂ ਮਿਲਣਾ ਸੁੱਖ ਹੋਰ ਕੋਈ ਥਾਂ ਜਿੰਨੇ ਮਰਜ਼ੀ ਯਤਨ ਕਰ ਲਓ ਜਿੰਨੇ ਮਰਜ਼ੀ ਪੁੱਠੇ ਲੜਕ ਜਾਓ ਭਾਵੇਂ ਹੋਰ ਕੋਈ ਰੀਤ ਨਹੀਂ ਹੈ ਇਹਨਾਂ ਪੰਜਾਂ ਵਿਕਾਰਾਂ ਨੂੰ ਫਤਿਹ ਕਰਨ ਦੀ ਆ ਬਾਣੀ ਹੀ ਰੀਤ ਹੈ ਬਾਣੀ ਹੀ ਸੁਰਤ ਦੇਗੀ ਇਹਨੂੰ ਕਿਹਾ ਘਰ ਛੋਡੇ ਬਾਹਰ ਜਿਨ ਜਾਏ ਜਿਨ ਤੋਂ ਭਾਵ ਕਿਉਂ ਕਿਹੜੀ ਥਾਂ ਤੇ ਜਾਣਾ ਬਾਹਰ ਨਾਤੁਰ ਖਰਾ ਰਿਸਹਿ ਹੈ ਰਾਏ ਰਾਏ ਕਹਿੰਦੇ ਪਾਤਸ਼ਾਹ ਰਾਇਸਾ ਵੀ ਕਿਹਾ ਰਾਇਸਾ ਪਰ ਜਿਹੜੀ ਅਸਲ ਦੇ ਵਿੱਚ ਰਾਇਸਾ ਪਿਆਰੇ ਕਾ ਰਾਇਸਾ ਇਹ ਹੈ ਉਸਤਤ ਪਰ ਕਿਹਦੀ ਉਸ ਵਾਹਿਗੁਰੂ ਜੀ ਦੀ
ਇੱਥੇ ਰਾਏ ਦਾ ਮਤਲਬ ਹੈ ਖਸਮ, ਵਾਹਿਗੁਰੂ ਪਾਤਸ਼ਾਹ। ਨਾਤੁਰ ਕਹਿੰਦੇ ਜੇ ਇਹ ਡਰ ਛੱਡ ਕੇ ਕਿਸੇ ਹੋਰ ਪਾਸੇ ਤੁਰ ਪਏ ਨਾ, ਨਾਤਰ ਦਾ ਮਤਲਬ ਹੈ ਕਹਿੰਦੇ ਫਿਰ ਨਹੀਂ ਤਾਂ, ਖਰਾ ਖਰਾ ਕਹਿੰਦੇ ਡਾਢਾ ਬਹੁਤ ਵੱਡਾ, ਨਾਤਰ ਖਰਾ ਰਿਸੈ ਹੈ ਰਾਏ, ਰਿਸੈ ਤੋਂ ਭਾਵ ਖੁਸ ਜਾਏਗਾ ਰੱਬ, ਫਿਰ ਹੋਰ ਮੌਕਾ ਨਹੀਂ ਮਿਲੇਗਾ, ਉਹ ਰੱਬ ਵੀ ਰੁੱਸ ਜਾਏਗਾ ਤੇ ਰੱਬ ਇਹੋ ਜਿਹੀਆਂ ਖੁਸ਼ੀਆਂ ਦੇ ਬਜਾਏ ਅਸੀਂ ਆਪਣੇ ਮਾੜੇ ਕਰਮਾਂ ਕਰਕੇ ਇਹ ਪਾਪਾਂ ਦੇ ਟੋਏ ਵਿੱਚ ਡਿੱਗਾਂਗੇ ਜੀ। ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲ ਮੈਂ ਹਰ ਕਾ ਦਾਸ। ਬੁੱਧਵਾਰ ਔਨ ਵੈਨਸਡੇ ਵਟ ਵੀ ਹੈਵ ਟੂ ਡੂ, ਵਟ ਆਰ ਦ ਡਿਊਟੀਜ਼, ਰਿਸਪੋਂਸੀਬਿਲਿਟੀਜ਼ ਐਂਡ ਕੋਡ ਆਫ ਕੰਡਕਟ ਆਫ ਦ ਸਿੱਖ, ਕਿ ਸਿੱਖ ਬਾਣੀ ਪੜ੍ਹਨ ਵਾਲਿਆਂ ਵਾਸਤੇ ਇਹ ਬੁੱਧਵਾਰ ਦੀ ਕੀ ਵਿਚਾਰ ਹੈ। ਆਪਣੀ ਬੁੱਧ ਨੂੰ ਪ੍ਰਗਾਸ ਕਰੋ ਭਾਈ, ਬੁੱਧ ਨੂੰ ਉਜਾਗਰ ਕਰੀਏ ਨਾ। ਅਸੀਂ ਆਪਣਾ ਸਮਾਂ, ਆਪਣੀ ਤਾਕਤ, ਆਪਣੀ ਐਨਰਜੀ, ਆਪਣੇ ਸਰੀਰ ਦੇ ਸਰੋਤਰਾਂ ਨੂੰ ਮਾੜੇ ਪਾਸੇ ਤੋਰੀਏ, ਮਾੜੇ ਪਾਸੇ ਲਾਈਏ। ਬੱਚਿਆਂ ਦਾ ਵੀ ਟਾਈਮ ਨਿਯਤ ਕਰੋ, ਮੋਬਾਈਲ ਫੋਨਸ ਦੇਣ ਲਈ, ਆਈਪੈਡਸ, ਲੈਪਟੋਪਸ, ਉਹਨਾਂ ਦਾ ਟਾਈਮ ਨਿਸ਼ਚਿਤ ਕਰੋ ਭਾਈ, ਨਹੀਂ ਤੇ ਬੁੱਧ ਮਾਰੀ ਜਾਏਗੀ। ਸਾਡੇ ਬੱਚੇ ਆ ਪਬਜੀ ਖੇਡ ਖੇਡ ਕੇ ਖਰਾਬ ਕਰ ਲੈਣਗੇ ਅੱਖਾਂ, ਚੌਵਾਂ ਪੰਜਾਂ ਛਿਆਂ ਸਾਲਾਂ ਚ ਚਸ਼ਮੇ ਲੱਗ ਜਾਣੇ 10-10 ਨੰਬਰ ਦੇ, ਹੋਰ 30 ਸਾਲ ਦੇ ਹੋਣਾ ਤੇ ਡਾਢੀ ਸਰਵਾਈਕਲ ਉਹਨਾਂ ਨੂੰ ਲੱਗ ਜਾਣੀ ਹੈ। ਮੁੜ ਕੇ ਇਹੋ ਜਿਹੀਆਂ ਬਿਮਾਰੀਆਂ, ਮੱਤ ਸਾਡੀ ਬਿਲਕੁਲ ਸੌੜੀ ਹੋ ਜਾਏਗੀ, ਅੰਦਰੋਂ ਸਾਰੇ ਤੱਤ ਮਰ ਜਾਣਗੇ। ਕਬੀਰ ਸਾਹਿਬ ਕਹਿੰਦੇ ਚੇਤੇ ਕਰੋ ਰੱਬ ਨੂੰ, ਚੰਗੇ ਮਾਰਗ ਤੇ ਤੁਰੋ। ਜਿੱਥੇ ਮੋਬਾਈਲ ਫੋਨ ਤੇ ਤੁਸੀਂ ਲਾਉਣਾ ਸਮਾਂ, ਇੱਕ ਕਿਤਾਬ ਫੜ ਕੇ ਥੋੜਾ ਚਿਰ ਪੜ੍ਹ ਲਓ, ਕੋਈ ਚੰਗੀ ਬਾਣੀ ਪੜ੍ਹ ਲਓ, ਕੋਈ ਸਹਿਜ ਪਾਠ ਕਰ ਲਓ, ਕੁਛ ਵੀ ਚੰਗਾ ਹੈ, ਕੁਛ ਵੀ ਉਸਾਰੂ ਹੈ, ਉਸ ਵੇਲੇ ਤੁਰੋ ਤੁਸੀਂ। ਆਹ ਵੈਡਨੈਸਡੇ ਦੀ ਵਿਚਾਰ ਹੈ, ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲ ਮਹਿ ਹਰ ਕਾ ਵਾਸ। ਇਹ ਹਿਰਦਾ ਹੈ, ਕੀਮਤੀ ਹੈ ਸਰੀਰ ਭਾਈ, ਇਹ ਬੜੀ ਕੀਮਤੀ ਦੇਈ ਹੈ, ਨਾ ਇਹਨੂੰ ਬਰਬਾਦ ਕਰੀਏ, ਬਚਾਈਏ ਇਹਨੂੰ, ਬਹੁਤ ਬੜੀ ਕੀਮਤੀ ਦੇਈ ਹੈ, ਆ ਨਹੀਂ ਮਿਲਣਾ ਮੁੜ ਕੇ ਮੌਕਾ। ਕਬੀਰ ਸਾਹਿਬ ਕਹਿੰਦੇ ਇਸ ਦੇਹੀ ਦੇ ਅੰਦਰ ਇੰਨਾ ਕੋਮਲ ਫੁੱਲ ਪਿਆ ਹੋਇਆ, ਕਹਿੰਦੇ ਉਹ ਫੁੱਲ ਮੁਰਝਾਇਆ ਪਿਆ ਮਨ ਰੂਪੀ ਆ ਬਾਹਰ ਦੇ ਝੂਠੇ ਰਸਾਂ ਕਸਾਂ ਚ, ਕਹਿੰਦੇ ਉਸ ਕਮਲ ਦੇ ਫੁੱਲ ਨੂੰ ਅੰਮ੍ਰਿਤ ਨਾਮ ਬਾਣੀ ਦਾ ਪਾਣੀ ਦੇਈਏ, ਉਹ ਪ੍ਰਗਾਸ ਹੋਏ, ਫਿਰ ਆਨੰਦ ਲਈਏ ਜ਼ਿੰਦਗੀ ਦਾ। ਨਾ ਦੁੱਖ ਹੈ, ਨਾ ਸੋਗ ਹੈ, ਨਾ ਚਿੰਤਾ ਹੈ, ਨਾ ਰੋਗ ਹੈ, ਬਿਲਕੁਲ ਐਨ ਖਿੜੀ ਬਿਰਤੀ, ਤ੍ਰੈ ਲੋਕੀ ਦਾ ਗਿਆਨ। ਕਬੀਰ ਸਾਹਿਬ ਕਹਿੰਦੇ ਕਿਉਂ ਭਾਈ ਆਪਣੀ ਜ਼ਿੰਦਗੀ ਇੱਥੇ ਉੱਥੇ ਧੱਕੇ ਖਾ ਕੇ ਬਤੀਤ ਕਰਦੇ ਹੋ, ਕਿੱਡੀ ਸੋਹਣੀ ਦੇਹ ਹੈ, ਕਿੱਡੀ ਵੱਡੀ ਵਧੀਆ ਮੱਤ ਹੈ, ਤੇ ਸਭ ਤੋਂ ਵੱਡੀ ਗੱਲ ਬਾਣੀਆਂ ਸਿਰ ਬਾਣੀ ਮਿਲੀ ਹੋਈ ਹੈ ਤੁਹਾਨੂੰ, ਬਾਣੀਆਂ ਦੀ ਸਿਰਮੌਰ ਬਾਣੀ ਮਿਲੀ ਹੋਈ ਹੈ। ਉਸ ਬਾਣੀ ਨੂੰ ਛੱਡ ਕੇ ਕਿੱਥੇ ਹੋਰ ਪਾਸੇ ਬੁੱਧ ਨੂੰ ਨਾ ਲਾਓ ਜੀ। ਗੁਰ ਮਿਲ ਦੋ ਇੱਕ ਸਮ ਧਰੈ, ਉਰਦ ਪੰਕ ਲੈ ਸੁਦਾ ਕਰੈ। ਗੁਰ ਬਾਣੀ ਨੂੰ ਲਾ ਦੋ, ਗੁਰੂ ਵਿਚੋਲਾ ਹੈ ਹਰ ਦਰਗਹਿ ਕਾ ਬਸੀਟ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ, ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੈ ਹੋਮੈ ਰੋ। ਕਹਿੰਦੇ ਇਹ ਹੋਮੈ ਦਾ ਰੋਗ ਬਾਣੀ ਕੱਟੇਗੀ, ਮੰਤਰ ਦ੍ਰਿੜ ਕਰਾਏਗਾ। ਕਹਿੰਦੇ ਗੁਰ ਮਿਲ ਦਊ ਮਨ ਤੇ ਬਾਣੀ, ਮਨ ਨੂੰ ਤੇ ਬਾਣੀ ਨੂੰ ਇੱਕ ਕਰ ਦੋ, ਐਨ ਇਕਮਿਕ ਹੋ ਜੇ। ਗੁਰ ਮਿਲ ਦਊ ਏਕ ਸਮ ਧਰੈ, ਉਰਦ ਪੰਕ ਲੈ ਸੁਧਾ ਕਰੈ। ਜਿਹੜੀ ਆ ਪੰਕਜ ਰੂਪੀ ਬੁੱਧ ਸਾਡੀ ਪੁੱਠੀ ਹੋਈ ਹੈ, ਇਹਨੂੰ ਸਿੱਧਾ ਕਰੀਏ ਜੀ। ਬ੍ਰਿਸਪਤ ਬਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਬ੍ਰਿਸਪਤ ਜਿਹਨੂੰ ਆਪਾਂ ਵੀਰਵਾਰ ਵੀ ਕਹਿੰਦੇ ਹਾਂ, ਥਰਸਡੇ, ਬ੍ਰਿਸਪਤਵਰ ਜਿਹੜਾ ਜੁਪੀਟਰ ਪਲੈਨਟ ਦੇ ਨਾਲ ਰਿਲੇਟਡ ਮੰਨਿਆ ਜਾਂਦਾ ਹੈ। ਬ੍ਰਿਸਪਤ ਬਿਖਿਆ ਦੇ ਬਿਹਾਏ, ਜ਼ਹਿਰ ਨੂੰ ਪਰਾਂ ਕਰੀਏ, ਜ਼ਹਿਰੀ ਵਿਚਾਰਾਂ ਨੂੰ ਬਿਲਕੁਲ ਦੇਖੀਏ ਕਿ ਅੱਜ ਵਾਲੇ ਦਿਨ ਅਸੀਂ ਕੁਛ ਮਾੜਾ ਲੋਚਣਾ ਹੀ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਇੱਕੋ ਹੀ ਦਿਨ ਤੋਂ ਸ਼ੁਰੂ ਕਰ ਦਿਓ, ਹੌਲੀ ਹੌਲੀ ਇਹ ਪੱਕਦਾ ਜਾਏਗਾ, ਪੱਕਦਾ ਜਾਏਗਾ। ਇਸ ਤਰ੍ਹਾਂ ਦਾ ਸੁਭਾਅ, ਚੰਗਾ ਸੁਭਾਅ ਬਣ ਜਾਏਗਾ। ਬ੍ਰਿਸਪਤ ਬਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ। ਕੱਲ ਵੀ ਜ਼ਿਕਰ ਕੀਤਾ ਸੀ, ਤ੍ਰੈ ਗੁਣ ਵੱਖਰੇ ਵੱਖਰੇ ਨੇ, ਤੀਨ ਦੇਵ ਕਿਹਾ ਇਹਨੂੰ, ਤਮੋ ਦਾ, ਰਜੋ ਦਾ, ਸਤੋ ਦਾ, ਕਹਿੰਦੇ ਇਹਨਾਂ ਨੂੰ ਇੱਕ ਕਰ ਲਓ। ਇਹਨੂੰ ਇਸ ਤਰ੍ਹਾਂ ਕਿਹਾ ਕਿ 100 ਸਿਆਣਿਆਂ ਦੀ ਇੱਕ ਤੇ ਮੂਰਖ ਆਪੋ ਆਪਣੀ, 100 ਸਿਆਣਿਆਂ ਦੀ ਇੱਕੋ ਹੀ ਗੱਲ ਹੈ। ਹੁਣ 15 ਭਗਤਾਂ ਦੀ ਗੱਲ ਹੈ, ਗੁਰੂ ਸਾਹਿਬਾਨਾਂ ਦੀ ਗੱਲ ਹੈ, 11 ਭੱਟਾਂ ਦੀ ਗੱਲ ਤੇ ਇੱਕੋ ਹੀ ਹੈ ਨਾ। ਜਿਹੜੇ ਬੰਦਗੀ ਕਰਨ ਵਾਲੇ ਹੈ ਉਹਨਾਂ ਦਾ ਸੁਭਾਅ ਇੱਕੋ ਜਿਹਾ ਹੈ, 100 ਸਿਆਣਿਆਂ ਗੱਲ ਇੱਕੋ, ਮੂਰਖ ਆਪੋ ਆਪਣੀ।
ਜਿਹੜੇ ਆਪਣਾ ਮੂੰਹ ਰੱਖ ਕੇ ਗੱਲ ਕਰਦੇ ਉਹ ਆਪਣੀ ਆਪਣੀ ਤੁਰੀ ਹੋਈ, ਪਰ ਜਿਹੜੇ ਬੰਦਗੀ ਕਰਦੇ ਨੇ ਉਹ ਤ੍ਰੈ ਗੁਣਾਂ ਤੋਂ ਉੱਤੇ ਹੋ ਗਏ, ਉਹਨਾਂ ਦਾ ਸੁਭਾਅ ਇੱਕ ਹੋ ਗਿਆ। ਇਸ ਤੋਂ ਵੱਡਾ ਕੀ ਐਗਜ਼ਾਮਪਲ ਹੈ? ਪੋਥੀ ਸਾਹਿਬ ਤੁਹਾਡੇ ਸਨਮੁਖ ਹੈ, 15 ਭਗਤ ਇਹਦੇ ਵਿੱਚ ਬੈਠੇ ਹੋਏ ਆ, ਇੱਕੋ ਜੀ ਗੱਲ, ਇੱਕੋ ਜਿਹਾ ਸੁਭਾਅ, ਗੁਰੂ ਸਾਹਿਬਾਨਾਂ ਨਾਲ ਰਲਦਾ ਸੁਭਾਅ, ਭੱਟਾਂ ਦਾ ਸੁਭਾਅ ਇੱਕੋ ਜਿਹਾ। ਇਸ ਤਰ੍ਹਾਂ ਕਹਿੰਦੇ ਕਿ ਆਹ ਬ੍ਰਹਸਪਤਵਾਰ ਦੇ ਦਿਨ ਤਿੰਨ ਜਿਹੜੇ ਆ ਵਿਕਾਰੀ ਵਿਕਾਰੀ ਮੰਨੇ ਗਏ ਤ੍ਰੈ ਗੁਣ, ਕਹਿੰਦੇ ਇਹਨਾਂ ਦਾ ਸੁਭਾਅ ਇੱਕੋ ਜਿਹਾ ਕਰ ਲਓ, ਬਾਣੀ ਬਾਣੀ ਦੇ ਨਾਲ ਮਨ ਨੂੰ ਜੋੜ ਕੇ ਜੀ। ਤੀਨ ਨਦੀ ਤੈ ਤ੍ਰਿਕੁਟੀ ਮਾਹੇ, ਐਨਿਸ ਕਸ ਮਲ ਧੋਵੈ ਨਾਹੀ। ਭਾਈ ਇਸ ਦੇਹੀ ਦੇ ਅੰਦਰ ਹੀ ਸਭ ਕੁਛ ਪਿਆ ਹੋਇਆ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਇਹਦੇ ਅੰਦਰ ਹੀ ਅੰਤਰਗਤ ਤੀਰਥ ਮਲ ਨਹਾਓ, ਅੰਦਰ ਹੀ ਸਾਰੀ ਤੀਰਥ ਨੇ। ਇਹਨੂੰ ਕਿਹਾ ਤੀਨ ਨਦੀ, ਈੜਾ ਪਿੰਗਲਾ ਤੇ ਸੁਖਮਨਾ, ਇਹ ਸਰੀਰ ਚ ਉਹ ਵੀ ਨੇ ਪਰ ਇੱਥੇ ਮਨ ਦਾ ਧਿਆਨ ਹੈ ਜੀ। ਤੀਨ ਨਦੀ ਤਹਿ ਤ੍ਰਿਕੁਟੀ ਮਾਹੇ, ਇਹਦੇ ਅੰਦਰ ਹੀ ਹੈ। ਕਹਿੰਦੇ ਜਿੱਥੇ ਤੂੰ ਤਿੰਨ ਵੱਟ ਪਾਈ ਬੈਠਾ ਮੱਥੇ ਦੇ ਚਿੰਤਾ ਦੇ, ਕਹਿੰਦੇ ਆ ਚਿੰਤਾ ਦੇ ਤਿੰਨ ਵੱਟਾਂ ਦੇ ਥੱਲੇ ਵੀ ਤ੍ਰਿਕੁਟੀ ਹੈ, ਭਾਵ ਦਸਮ ਦੁਆਰ ਇੱਥੇ ਹੀ ਹੈ, ਬਹੁਤਾ ਦੂਰ ਨਹੀਂ। ਆ ਇੱਥੇ ਹੀ ਚਿੰਤਾ ਦੀ ਤਿੰਨ ਤਿੰਨ ਲਕੀਰਾਂ ਪਾਈ ਬੈਠੇ ਹਾਂ ਅਸੀਂ। ਕਹਿੰਦੇ ਆ ਚਿੰਤਾ ਦੀ ਲਕੀਰਾਂ ਛੱਡੀਏ ਤੇ ਨਾਮ ਨੂੰ ਜਪ ਕੇ ਤੇ ਤ੍ਰਿਕੁਟੀ ਦਾ ਗਿਆਨ ਲਈਏ। ਕਹਿੰਦੇ ਜੇ ਨਹੀਂ ਲਵਾਂਗੇ ਤੇ ਅਹਿਨਿਸ ਰਾਤ ਦਿਨ ਕਸਮਲ ਧੋਵਹਿ ਨਾਹੀ। ਕਹਿੰਦੇ ਆ ਜਿਹੜੇ ਰਾਤ ਦਿਨ ਪਾਪ ਤੰਗ ਕਰ ਰਿਹਾ, ਕਹਿੰਦੇ ਜੇ ਇਹ ਧੋਤੇ ਨਹੀਂ ਨਾ, ਕਹਿੰਦੇ ਇਹ ਸਾਨੂੰ ਚਿੰਬੜ ਜਾਣਗੇ ਜੀ। ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ, ਅਨ ਦਿਨ ਆਪ ਆਪ ਸਿਉ ਲੜੈ। ਸੁਕ੍ਰਿਤ ਸ਼ਨੀਵਾਰ, ਬੜੀ ਪਿਆਰੀ ਪਿਆਰੀ ਬਾਣੀ ਹੈ ਜੀ, ਬੜੇ ਤੋਲ ਬੜੇ ਹੈ, ਇਹਦੇ ਕੀਮਤੀ ਤੋਲ ਨੇ ਬਾਣੀ ਦੇ ਲਫ਼ਜ਼ਾਂ ਦੇ। ਸੁਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ, ਸ਼ੁੱਕਰਵਾਰ ਦਾ ਜਿਹੜਾ ਬ੍ਰਤ ਰੱਖਿਆ ਜਾਂਦਾ ਅਸਲ ਦੇ ਵਿੱਚ ਸੀਲ ਦਾ ਬ੍ਰਤ ਰੱਖੀਏ। ਸਹਾਰੈ ਦੂਜਿਆਂ ਦੇ, ਇਹ ਨਹੀਂ ਦੇਖੋ ਭਗਤ ਜੀ ਕੀ ਕਹਿੰਦੇ ਆ, ਦੂਸਰਿਆਂ ਦੇ ਧੱਕੇ ਨੂੰ ਚੁੱਪ ਕਰਕੇ ਜਰ ਜਾਣਾ, ਮਤਲਬ ਡਰ ਦੇ ਵਿੱਚ ਜਰ ਜਾਣਾ, ਇਹ ਭਗਤ ਦੀ ਨਿਸ਼ਾਨੀ ਨਹੀਂ ਹੈ। ਕਹਿੰਦੇ ਦੂਸਰਿਆਂ ਦੇ ਕੀਤੇ ਜਾ ਰਹੇ ਪਾਪ, ਕਹਿੰਦੇ ਉਹਨਾਂ ਦਾ ਬੋਲਿਆ ਜਾੜਿਆ ਮਾੜਾ ਪੁੰਨ ਸਾਨੂੰ ਕਬੂਲ ਬੋਲੇ ਗਏ, ਉਹ ਸਹਾਰੇ ਜਾਣ, ਉਹਨਾਂ ਦਾ ਫਰਕ ਹੀ ਨਾ ਪਏ ਕਿ ਨਾਮ ਦੀ ਇੰਨੀ ਡੂੰਘੀ ਖੇਡ ਹੋਏ। ਇਹਨੂੰ ਕਿਹਾ ਸੁਕ੍ਰਿਤ ਸਹਾਰਾ ਸੋ ਇਹ ਬ੍ਰਤ ਚੜ੍ਹੈ, ਇਹੋ ਜਿਹਾ ਬ੍ਰਤ ਹੋਏ ਕਿ ਸਹਾਰ ਲਈਏ, ਸਾਡੇ ਵਿੱਚ ਖਿਮਾ ਆ ਜਾਏ, ਦੂਸਰਿਆਂ ਨੂੰ ਸਪੇਸ ਦੇਈਏ ਅਸੀਂ, ਦੂਸਰਿਆਂ ਨੂੰ ਤੰਗ ਨਾ ਕਰੀਏ ਅਸੀਂ, ਦੂਸਰਿਆਂ ਨੂੰ ਦੁੱਖ ਨਾ ਪਹੁੰਚਾਈਏ, ਬਖੀਲੀ ਨਾ ਕਰੀਏ, ਕਿਸੇ ਦੀ ਤਾਤ ਪਰਾਈ ਨਾ ਕਰੀਏ, ਇਹੋ ਜਿਹਾ ਬ੍ਰਤ ਕਰੀਏ। ਅਨ ਦਿਨ ਆਪ ਆਪ ਸਿਉ ਲੜੈ, ਕਹਿੰਦੇ ਦੂਜਿਆਂ ਨਾਲ ਲੜਨਾ ਛੱਡੋ ਭਾਈ, ਬਾਹਰੋਂ ਕਿਉਂ ਲੜਦੇ ਹੋ ਦੂਜਿਆਂ ਨਾਲ, ਪਹਿਲਾਂ ਇਸ ਮਨ ਘੁੰਮ ਲੈਣੇ ਨੂੰ ਤਾਂ ਜਿੱਤ ਲਓ, ਇਸ ਮਨ ਨਾਲ ਪਹਿਲਾਂ ਲੜ ਲਓ ਜਿਹੜਾ ਤੰਗ ਕਰਦਾ ਤੁਹਾਨੂੰ ਟਿਕਣ ਨਹੀਂ ਦਿੰਦਾ, ਆਪਣੇ ਆਪ ਨਾਲ ਲੜ ਕੇ ਮਨ ਜੀਤੈ ਜਗ ਜੀਤ, ਆਹ ਵਾਲੀ ਬਿਰਤੀ ਅਪਣਾਓ ਜੀ। ਸੁਰਖੀ ਪਾਚੋ ਰਾਖੈ ਸਭੈ, ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਇਹ ਪੰਜ ਸੁਰਖੀਆਂ ਕਿਆ, ਸੁਰਖੀ ਪੰਜ ਸਾਡੀਆਂ ਸੈਂਸਿਸ, ਗਿਆਨ ਇੰਦਰੇ, ਅੱਖਾਂ ਨੂੰ, ਕੰਨਾਂ ਨੂੰ, ਜ਼ੁਬਾਨ ਨੂੰ, ਨਾਸਕਾਂ ਨੂੰ, ਟੱਚ ਸਾਡਾ ਸਪਰਸ਼। ਕਬੀਰ ਸਾਹਿਬ ਕਹਿੰਦੇ ਆ ਸੁਰਖੀ ਪੰਚੋ ਰੱਖੈ ਸਭੈ, ਕਹਿੰਦੇ ਭਾਈ ਇਹਨਾਂ ਨੂੰ ਤੇ ਕੰਟਰੋਲ ਕਰ ਲਓ ਪਹਿਲਾਂ, ਦੂਜਿਆਂ ਨੂੰ ਮਤ ਦੇਣ ਆਪਾਂ ਤੁਰੇ ਹੋਏ ਹਾਂ, ਸੱਚਾਈ ਹੈ, ਦੂਸਰਿਆਂ ਨੂੰ ਕਹਿਣਾ ਸੁੱਖ ਹੈ, ਆਪਣੇ ਆਪ ਨੂੰ ਸਾਧਣਾ ਬੜਾ ਔਖਾ। ਇਹ ਪੰਜ ਗਿਆਨ ਇੰਦਰੀਆਂ ਸਾਧੀਏ, ਸੁਕ੍ਰਿਤ ਸਹਾਰੈ ਵਾਹਿਗੁਰੂ। ਕਹਿੰਦੇ ਸੁਰਖੀ ਪੰਚੋ ਰੱਖੈ ਸਭੈ, ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਕਹਿੰਦੇ ਜੇ ਸੁਹਾਗਣ ਹੈ ਤੇ ਦੂਜੇ ਪਾਸੇ ਨਾ ਦੇਖ, ਦੂਜੇ ਪਾਸੇ ਵੇਖਣ ਦੀ ਕੋਈ ਭਾਵ ਕੀ ਬਾਹਰ ਪਾਸੇ ਨਹੀਂ, ਉਹ ਸਤਿਗੁਰ ਜੀ ਦੀ ਬਾਣੀ, ਸਤਿਗੁਰ ਜੀ ਦੇ ਚਰਣਾ ਕਮਲਾਂ ਦੀ ਵਿਚਾਰ ਤੋਂ ਬਿਨਾਂ। ਕਹਿੰਦੇ ਨਾਮ ਸੁਹਾਗਣ ਧਰਿਆ ਤੇ ਕਾਈ ਕੋਰ ਹੈ, ਕਿਸੇ ਹੋਰ ਪਾਸੇ ਭੱਜੀ ਫਿਰਦੀਆਂ। ਪਰ ਕਹਿੰਦੇ ਜਿਨ੍ਹਾਂ ਨਾ ਉਹ ਸੁਹਾਗਣੀ ਤਿਨਾ ਝਾਕਨਾ, ਹੋਰ ਹੋਰ ਕਿਸੇ ਪਾਸੇ ਨਾ ਤੱਕ ਜੀ। ਥਾਵਰ ਥਿਰ ਕਰ ਰੱਖੈ ਸੋਏ, ਜੋਤ ਦੀ ਵੱਟੀ ਘਟ ਮਹਿ ਜੋਏ। ਥਾਵਰ ਇਹ ਹੈ ਸ਼ਨੀਵਾਰ, ਜਿਹਨੂੰ ਸ਼ਨਿਚਰਵਾਰ ਵੀ ਕਿਹਾ। ਥਾਵਰ ਥਿਰ ਕਰ ਰੱਖੈ ਸੋਏ, ਮਨ ਨੂੰ ਥਿਰ ਕਰਕੇ ਰੱਖੀਏ, ਦ੍ਰਿੜ ਕਰਕੇ ਰੱਖੀਏ। ਜੋਤ ਦੀ ਵੱਟੀ ਘਟ ਮਹਿ ਜੋਏ, ਕਹਿੰਦੇ ਅੰਦਰ ਹੀ ਜੋਤ ਦੀ ਵੱਟੀ ਪਈ ਹੋਈ ਹੈ। ਇਹਨੂੰ ਹੀ ਭਗਤ ਜੀ ਬੜੀ ਪਿਆਰੀ ਗੱਲ ਕਰਦੇ ਆ, ਪ੍ਰੇਮ ਪਲੀਤਾ ਕਿਹਾ, ਇਹਨੂੰ ਅੰਦਰ ਹੀ ਪਿਆ ਹੋਇਆ।
प्रेम पलीता सुरत हवाई गोला ज्ञान चलाया ब्रह्म हगन सहजे प्रजाली एक ऐसो चोट सदाया। इनू गुरु नानक साहब महाराज कहिंदे है अछल छलाई नह छलै नह काउ कटारा कर सकै जो साहिब राखै त्यों रहै इस लोभी का जियो टल पलै बिन तेल दिया क्यों जलै। किवें जलेगा पहला रहाओ कहिंदे इवें जलाओ पोथी पुराण कमाई है पौवटी इत तन पाई है सच बूझण आण जलाई है एह तेल दिया इउं जलै कर चानण साहिब तौ मिलै। कहिंदे मन दीपक है पर मन दे अंदर शरीर रूपी स्वासां दा तेल भी पिया पर दीपक उन्ने चिर तक दीपक नहीं है जिन्ना चिर तक वह जले ना। पर जलेगा किस तों शब्द नूं स्पर्श करके अंदर दा दिया जलाइए। इनू कबीर साहब कहिंदे जोत दी वट्टी घट में है जोए अंदर ही है जी बाहर पीतर पया प्रगास तब हुआ सगल कर्म का नाश। दुनिया के लोग कहिंदे साडे माड़े कर्मा करके असी नाम नहीं जपदे। कबीर साहब कहिंदे तू जप तां सही बाणी पढ़ तां सही होएगा की बाहर भीतर पया प्रगास अंदर ते बाहर सुख आउणगे अंदर भी एक मिकता बाहर भी एक मिकता अंदर भी प्रभु दा चेता बाहर सृष्टि दे विच भी प्रभु दा चेता तब हुआ सगल कर्म का नाश। जिन्ने भी कर्म ने साडे भावे संचित कर्म ने साडे प्रलब्ध कर्म ने ते साडे भावे क्रियामान कर्म ने तीन तरह के कर्म ने ए सारे सड़ जाणगे जी। जब लग कट मह दूजियां नु तौ लौ महल न लाबे जान। हजे तक मन दे विच दूसरी आस है दुनिया दी आस है दूजी आन है तौ लौ महल न लाबे जान। महल बहुत दूर है फिर भाई बहुत दूर है लाभ है नेड़े नहीं है। जे नेड़े ताइयों है जे सतगुरु जी दी नानक सुहागण का क्या चिन्ह है अंदर सच मुख उजला खसमै माहे समाए। जेड़े अपने खसम नू चेते करे वही महल पहुंच सकती है जी। रमत राम सो लागो रंग कह कबीर तब निर्मल अंग। भाई जिन्ना चिर तक वाहिगुरु 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 जपोगे नहीं उन्ना चिर तक रंग कित्थों लगना गल्लां बातां दा रंग नहीं लगना कहण देण नाल रंग नहीं है। चौकड़ा लाउणा पएगा उद्दम करना पएगा मशक्कत घाल वाला रस्ता है घालना ते करनी पैणी है पर घालना साडे तों हुंदी नहीं। पर कबीर साहब कहिंदे ते करनी पैणी है भाई घालना नूं ही फल लगदे आ आलस नूं दलिद्र नूं आ इहनूं फल नहीं लगणे। इनू क्या रमत राम सिओ लागो रंग जे रमांगे जपांगे तां रंग लगेगा कह कबीर तब निर्मल अंग। ए देही जेड़ी मिट्टी दी बनी हुई है ए देही भी निर्मल हो जाएगी ए देही भी पूजन योग है जी। राग गौड़ी चेती बाणी नाम दियो जियो की एक ओंकार सतगुर प्रसाद देवा पाहन तारियल राम कहत जन कस ना परे रहाओ। भगत नामदेव जी दी बाणी दी आरंभता है जी। इस तो पहला भगत नामदेव जी दी बाणी नहीं पढ़ी अज पहला शब्द भगत नामदेव जी दा आया जी। बड़ी महंगी बाणी बड़ी सोहनी बाणी बड़ी ही सीख देने वाली बाणी हिंदी ते महाराष्ट्री भाषा दो मराठी भाषा दे विच भगत नामदेव जी की बाणी दर्ज है। गुरु ग्रंथ साहब जी की बाणी च 1270 का इन्हों का जन्म है महाराष्ट्र के अज भी हजूर साहब संगत जाती है ते नाल ही इन्हों का थां मंदिर बनया जिथे देवा देवा जिहड़ा मूर्ति सी घूम गई सी वो थां है बड़ा पूजनीक थां है। दुनिया के कल्ले आपां सिख नहीं दुनिया के कई धर्मां के लोग कई होर भी सनातनी भी भगत नामदेव जी नूं बहुत रहबर करके अपना महरम करके पूजते हैं। बाणी भी बहुत उन्हां दी बख्शिश भरपूर है जी। नामदेव जी नूं किसी ने बांह फड़ के कहा नामदेव जी रब रब करते रहिंदे हो तुरे फिरे है कोई फायदा इहीं थकाउंदे हो अपनी जुबान नूं। ते नामदेव कहिंदे बह मेरे नाल लागे मैं तैनूं दसां। फिर नामदेव जी ने महाभारत की रामायण की गीता की सारे उदाहरणां दा जिक्र करके उन्हूं समझाया कि जपण नाल ते पत्थर भी तर जांदे आ भाई ते बंदा ते इह जुबान इह मत क्यों नहीं तरेगी। इनू क्या राग गौड़ी चेती का सिरलेख है जी बाणी नामदेव जी की। धन गुरु अर्जन साहब महाराज जी जिन्ह ने एक एक लफ्ज़ नू परो के बिल्कुल ईमानदारी नाल लिखिया
ਇਹ ਸਾਡੇ ਵਰਗੇ ਕਲਯੁਗੀ ਜੀਆਂ ਦੇ ਵੱਸ ਨਹੀਂ ਆ ਜੀ। ਅਸੀਂ ਤੇ ਪਲੈਜਰਿਜ਼ਮ ਦੇ ਹੀ ਮਾਰੇ ਹੋਏ ਹਾਂ, ਦੂਸਰੇ ਦੀ ਚੀਜ਼ਾਂ ਨੂੰ ਆਪਣਾ ਕਰਕੇ ਲਿਖਣਾ ਨਾ। ਇਹ ਨਾਮਦੇਵ ਜੀ ਦੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰੀਏ, ਤੂੰ ਕਹਿੰਦਾ ਕਿ ਨਹੀਂ ਤਰਦਾ ਜਪਣ ਨਾਲ। ਕਹਿੰਦੇ ਰਾਮ ਜੀ ਨੇ ਪੱਥਰਾਂ ਦੇ ਉੱਤੇ ਰਾਮ ਲਿਖ ਕੇ, ਰੱਬ ਦਾ ਨਾਂ ਲਿਖ ਕੇ ਸਮੁੰਦਰ ਤੇ ਰੱਖਤੇ ਸੀ, ਉਹ ਵੀ ਤਰ ਗਏ ਸੀ। ਰਾਮ ਕਹਿਤ ਜਨ ਕਸ ਨਾ ਤਰੇ, ਤੇ ਬੰਦਾ ਕਿਉਂ ਨਹੀਂ ਤਰੇਗਾ, ਬੰਦਾ ਵੀ ਤਰ ਜਾਏਗਾ ਜੀ। ਰਹਾਉ ਤਾਰੀ ਲੈ ਗਨਤਾ ਬਿਨ ਰੂਪ ਕੁਬਜਾ, ਵਿਆਦ ਅਜਾਮਲ ਤਾਰੀ ਅਲੇ, ਚਰਨ ਬਦਕ ਜਨ ਤੇ ਮੁਕਤ ਪਏ। ਤਾਰੀ ਲੈ ਗਨਕਾ, ਗਨਕਾ ਬਹੁਤ ਮਸ਼ਹੂਰ ਸੀ, ਵੈਸ਼ਵਾ ਸੀ, ਹਰ ਥਾਂ ਤੇ ਉਹਦਾ ਨਾਮ ਚੱਲਦਾ ਸੀ ਦੂਰ ਦੂਰ ਤੱਕ। ਇੱਕ ਦਿਨ ਫਕੀਰ ਉਹਦੀ ਕੁਟੀਆ ਦੇ ਬਾਹਰ ਪਹੁੰਚਿਆ, ਮੀਂਹ ਸੀ, ਕੱਕਰ ਦੀ ਪੋਹ ਦੀ ਰਾਤ ਸੀ, ਫਕੀਰ ਦੇ ਹੱਥ 'ਚ ਤੋਤਾ ਸੀ। ਉਹਨੇ ਦੇਖਿਆ ਸਾਰੇ ਪਿੰਡ ਦੇ ਦੂਏ ਬੁੱਝੇ ਹੋਏ ਨੇ, ਇੱਕੋ ਹੀ ਘਰ 'ਚ ਦੀਆ ਬਲਦਾ। ਉਹਨੇ ਉਹਦਾ ਬੂਹਾ ਖੜਕਾਇਆ। ਇਹ ਉਦਾਹਰਣ ਮੈਂ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚੋਂ ਦੇ ਰਿਹਾ ਜੀ। ਅਗਸਤ ਦੇ ਮਹੀਨੇ 'ਚ ਉਸ ਵਾਰ ਦੀ ਵਿਚਾਰ ਵੀ ਮੈਂ ਇਸ ਥਾਂ 'ਤੇ ਕੀਤੀ ਸੀ, 2018 ਉਸ ਵਾਰ ਦੀ ਵੀ ਵਿਚਾਰ ਆਈ ਸੀ, ਜਦ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਕਥਾ ਚੱਲਦੀ ਸੀ। ਜਦ ਬੂਹਾ ਖੋਲਿਆ ਤੇ ਅੰਦਰ ਗਹਿਣਿਆਂ ਗੱਟਿਆਂ ਦੇ ਵਿੱਚ, ਇੱਤਰ ਫਲੇਲਾਂ ਦੇ ਵਿੱਚ, ਹੋਰ ਰੰਗ ਸੁਰਖੀਆਂ ਦੇ ਵਿੱਚ ਲੱਦੀ ਹੋਈ ਗਨਕਾਂ ਨੇ ਬੂਹਾ ਖੋਲਿਆ ਤੇ ਹੈਰਾਨ ਹੋ ਗਈ, ਅੱਜ ਫਕੀਰ ਮੇਰੇ ਦਰਵਾਜ਼ੇ 'ਚ ਕਿੱਥੇ ਆ ਗਈ, ਵੀ ਧਰਤੀ ਪੁੱਠੀ ਹੋ ਗਈ, ਅੱਜ ਸੂਰਜ ਕਿੱਥੇ ਪੁੱਠੇ ਪਾਸਿਓਂ ਚੜ੍ਹ ਪਿਆ। ਪਰ ਉਸ ਫਕੀਰ ਦੀ ਇਬਾਦਤ ਬੰਦਗੀ ਇੰਨੀ ਜ਼ਿਆਦਾ ਸੀ, ਉਹਨੇ ਮੁੱਖ ਤੋਂ ਬੇਟੀ ਬੋਲਿਆ ਤੇ ਉਹ ਪਿਘਲ ਗਈ, ਅੰਦਰੋਂ ਉਹਦਾ ਪਸੀਜਿਆ ਗਿਆ। ਜਿੰਨੇ ਉਹਨੇ ਮਾੜੇ ਕੁਕਰਮ ਕੀਤੇ, ਕਹਿੰਦੇ ਉਹ ਸਭ ਧਰੇ ਦੇ ਧਰੇ ਰਹਿ ਗਏ, ਉਹ ਬਿਲਕੁਲ ਸ਼ਾਂਤ ਹੋ ਗਈ। ਫਕੀਰ ਨੇ ਕਿਹਾ ਭਾਈ ਰੱਬ ਰੱਬ ਕਰਿਆ ਕਰ। ਉਹ ਕਹਿੰਦੀ ਮੈਂ ਕਿੱਥੋਂ ਰੱਬ ਕਰਾਂ, ਮੈਨੂੰ ਕਿੱਥੋਂ ਰੱਬ ਚੇਤੇ, ਮੈਂ ਤੇ ਇੰਨੇ ਮਹਾ ਪਾਪ ਕਰਮ ਕੀਤੇ ਮਾੜੇ, ਮੈਂ ਕਿੱਥੋਂ ਰੱਬ, ਮੇਰੇ ਤੇ ਜ਼ੁਬਾਨ ਤੇ ਢੁਕਦਾ ਵੀ ਨਹੀਂ ਹੈ, ਮੈਂ ਕਿੱਥੋਂ, ਕੌਣ ਮੈਨੂੰ ਚੇਤੇ ਕਰਾਏਗਾ। ਫਕੀਰ ਕੋਲ ਤੋਤਾ ਸੀ, ਕਹਿੰਦੇ ਰਾਮ ਰਾਮ ਬੋਲਦਾ, ਕਹਿੰਦੇ ਸਵੇਰੇ ਇਹ ਬੋਲੇਗਾ ਇਹਦੇ ਪਿੱਛੇ ਬੋਲੀ, ਸ਼ਾਮੀ ਤੂੰ ਪਹਿਲਾਂ ਬੋਲੇਗੀ ਫਿਰ ਇਹ ਤੇਰੇ ਪਿੱਛੇ ਬੋਲੇਗਾ। ਕੁਝ ਦਿਨਾਂ ਦੇ ਵਿੱਚ ਉਹ ਵੀ ਤਰ ਗਈ ਰੱਬ ਰੱਬ ਕਰਦੀ, ਤੋਤੇ ਨੇ ਉਹਨੂੰ ਤਾਰ ਦਿੱਤਾ। ਇਹਨੂੰ ਕਿਹਾ ਤਾਰੀ ਲੈ ਗਨਿਕਾ, ਗਨਿਕਾ ਵੀ ਤਰ ਗਈ ਜੀ ਰੱਬ ਰੱਬ ਕਰਦੇ ਹੋਏ। ਬਿਨ ਰੂਪ ਕੁਬਜਾ, ਕੁਬਜਾ ਕੰਸ ਦੀ ਦਾਸੀ ਸੀ, ਬਿਨ ਰੂਪ ਕੁਬ ਨਿਕਲਿਆ ਹੋਇਆ ਸੀ ਉਹਨੂੰ, ਉਹ ਇੱਤਰ ਫਲੇਲਾਂ ਲੈ ਕੇ ਆਉਂਦੀ ਰਸਤੇ 'ਚ ਕ੍ਰਿਸ਼ਨ ਜੀ ਨੂੰ ਮਿਲੀ। ਇਹ ਕਹਾਣੀਆਂ ਮੈਂ ਫਿਰ ਕਵਾਂ, ਇਹ ਸਾਰੀਆਂ ਸਟੋਰੀਜ਼ ਆ, ਸਾਰੀਆਂ ਹਿਸਟਰੀ ਤੇ ਮਿਥਿਹਾਸ ਮਿਸਟਰੀ। ਆ ਭਗਤ ਜੀ ਨੇ ਉਸ ਬੰਦੇ ਨੂੰ ਸਮਝਾਉਣ ਲਈ ਨਾ ਮਹਾਭਾਰਤ ਛੱਡੀ, ਨਾ ਰਾਮਾਇਣ ਛੱਡੀ, ਨਾ ਗੀਤਾ ਛੱਡੀ, ਨਾ ਵੇਦ, ਸਾਰੀਆਂ ਉਦਾਹਰਣਾਂ ਇਹਨਾਂ ਇਹਦੇ ਵਿੱਚ ਦੇਤੀ, ਇੱਕ ਸ਼ਬਦ ਦੇ ਵਿੱਚ ਸਾਰੀ ਕਲਚਰ ਤੁਹਾਨੂੰ ਮਿਲੇਗਾ। ਕਹਿੰਦੇ ਉਹ ਜਾ ਰਹੀ ਸੀ ਤੇ ਉਹਦੇ ਹੱਥ 'ਚ ਫਲੀਲਾਂ ਸੀ, ਕ੍ਰਿਸ਼ਨ ਜੀ ਨੇ ਕਿਹਾ ਮੈਨੂੰ ਵੀ ਦੇ ਇੱਤਰ। ਉਹਨੇ ਖੁਸ਼ੀ ਨਾਲ ਉਹਨੇ ਮੱਥੇ ਤੇ ਤਿਉੜੀ ਨਹੀਂ ਪਾਈ, ਹੈ ਕੰਸ ਦੀ ਦਾਸੀ ਸੀ, ਉਹਨੇ ਦੇ ਦਿੱਤਾ। ਤੇ ਫਿਰ ਕ੍ਰਿਸ਼ਨ ਜੀ ਨੇ ਉਹਦੇ ਪੈਰ ਦੇ ਉੱਤੇ ਆਪਣਾ ਅੰਗੂਠਾ ਰੱਖਿਆ, ਉਹਦੀ ਠੋਡੀ ਤੇ ਅੰਗੂਠਾ, ਹੱਥ ਦਾ ਅੰਗੂਠਾ ਰੱਖਿਆ ਤੇ ਖਿੱਚ ਕੇ ਉਹਦਾ ਜਿਹੜਾ ਕੁਬਜ ਸੀ, ਕੁਬ ਸੀ, ਉਹ ਕੱਢ ਦਿੱਤਾ। ਉਹ ਬਹੁਤ ਸੋਹਣੀ ਹੋ ਗਈ। ਕਹਿੰਦੇ ਉਹਨੇ ਸਿਰਫ ਇੰਨਾ ਕੁ ਕੀਤਾ ਸੀ ਕਿ ਉਹਨੇ ਖੁਸ਼ੀ ਨਾਲ ਹੀ ਉਹਨੇ ਕ੍ਰਿਸ਼ਨ ਜੀ ਨੂੰ ਦੇ ਦਿੱਤਾ ਤੇ ਉਹਦਾ ਕੁਬ ਕੱਢਿਆ ਗਿਆ ਤੇ ਉਹ ਸੋਹਣੀ ਹੋ ਗਈ। ਵਿਆਧ ਅਜਾਮਲ ਤਾਰੀ ਅਲੇ, ਕਹਿੰਦੇ ਅਜਾਮਲ ਨੂੰ ਰਾਜ ਮਿਲ ਗਿਆ ਸੀ। ਕਿਉਂ? ਕਹਿੰਦੇ ਸਾਰੀ ਜ਼ਿੰਦਗੀ ਉਹਨੇ ਪਾਪ ਕੀਤਾ, ਪਰ ਅੰਤ ਕਾਲ ਦੇ ਵਿੱਚ ਉਹਨੇ ਨਾਰਾਇਣ ਕਹਿ ਰਿਹਾ, ਨਾਰਾਇਣ ਜਪ ਲਿਆ, ਕਿਉਂਕਿ ਉਹਦੇ ਪੁੱਤਰ ਦਾ ਨਾਮ ਨਾਰਾਇਣ ਸੀ। ਕਹਿੰਦੇ ਇਸੇ ਤਰ੍ਹਾਂ ਵਿਆਦ ਵੀ ਕਹਿੰਦੇ ਤਰ ਗਿਆ, ਇਹ ਵੀ ਇਹ ਬਹੁਤ ਪਾਪੀ ਸੀ, ਇਹਨੇ ਵੀ ਰੱਬ ਰੱਬ ਕੀਤਾ, ਇਹ ਸਾਰੇ ਤਰ ਗਏ, ਤੇ ਕਿਉਂ ਨਹੀਂ ਤਰ ਸਕਦਾ ਬੰਦਾ, ਚਰਨ ਬਦਿਕ ਜਨ ਤੇਊ ਮੁਕਤ ਭਏ, ਜਿਹੜੇ ਪ੍ਰਭੂ ਦੇ ਚਰਨਾਂ 'ਚ ਧਿਆਨ ਲਾਉਂਦਾ। ਜੇ ਇਹ ਤਰ ਗਏ ਤੇ ਅਸੀਂ ਵੀ ਕਿਉਂ ਨਹੀਂ ਤਰਾਂਗੇ ਜੀ। ਬਲ ਬਲ ਜਿਨ ਰਾਮ ਕਹੇ, ਕਹਿੰਦੇ ਜਿਹੜਾ ਰਾਮ ਕਹਿੰਦਾ, ਜਿਸ ਤਰ੍ਹਾਂ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਅੰਤ ਕਾਲ 'ਚ ਨਾਰਾਇਣ ਜਪਿਆ ਤੇ ਅਜਾਮਲ ਤਰ ਗਿਆ ਉਸੀ ਵੇਲੇ, ਸਾਰੀ ਜ਼ਿੰਦਗੀ ਨਹੀਂ ਜਪਿਆ। ਕਹਿੰਦੇ ਜਪਣ ਦਾ ਬੜਾ ਲਾਭ ਹੈ ਭਾਈ, ਪਤਾ ਨਹੀਂ ਕਿਹੜਾ ਜਪਿਆ ਹੋਇਆ ਪ੍ਰਭੂ ਦੀ ਦਰਗਾਹ 'ਚ ਪਹੁੰਚੇ। ਹਾਂ ਬਲ ਬਲ ਜਿਨ ਰਾਮ ਕਹੇ, ਇਸ ਕਰਕੇ ਮੈਂ ਜਿਨ੍ਹਾਂ ਨੇ ਜਪਿਆ ਉਹਨਾਂ ਤੋਂ ਵੀ ਬਲਹਾਰੀ ਜਾਂਦਾ ਹਾਂ ਜੀ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕਉ ਰਾਜ ਦਿਓ, ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ, ਨਾਮੇ ਕੇ ਸਵਾਮੀ ਤੇ ਉਤਰੇ। ਦਾਸੀ ਸੁਤ ਦਾਸੀ ਦਾ ਪੁੱਤਰ ਸੀ, ਉਹ ਵੀ ਰੱਬ ਰੱਬ ਕਰਦਿਆਂ ਜਪਦਿਆਂ ਬਾਦਸ਼ਾਹ ਬਣ ਗਿਆ।
ਭਾਵੇਂ ਉਹ ਨੌਕਰਾਣੀ ਦਾ ਪੁੱਤਰ ਸੀ ਪਰ ਉਹਨੇ ਰੱਬ ਰੱਬ ਕੀਤਾ। ਦਾਸੀ ਸੁੱਤ ਜਨ ਬਿਦਰ ਬਿਦਰ ਆਇਆ ਕ੍ਰਿਸ਼ਨ ਜੀ ਦੇ ਪਾਸ, ਉਹਨੂੰ ਵੀ ਤਾਰ ਦਿੱਤਾ। ਸੁਦਾਮਾ ਸੁਦਾਮਾ ਬੜੀ ਗਰੀਬੀ ਦਾ ਦਲਿੱਦਰ ਦਾ ਮਾਰਿਆ ਹੋਇਆ, ਉਹਦੀ ਵੋਟੀ ਕਹਿੰਦੀ ਜੇ ਤੁਹਾਡਾ ਮਿੱਤਰ ਹੀ ਹੈਗੇ ਕ੍ਰਿਸ਼ਨ ਜੀ ਤੇ ਜਾਓ ਉਹਨਾਂ ਕੋਲ। ਉਹ ਪਿਆਰ ਦੇ ਵਿੱਚ ਭਾਉ ਦੇ ਵਿੱਚ ਗਿਆ, ਤੁਹਾਨੂੰ ਸਾਰਿਆਂ ਨੂੰ ਸੁਦਾਮਾ ਦੀ ਕਹਾਣੀ ਪਤਾ, ਪਿਆਰ ਨੂੰ ਹੀ ਭਾਗ ਲੱਗੇ। ਭਾਵੇਂ ਉਹਨੇ ਆਪਣੀ ਗਰੀਬੀ ਵਿੱਚੋਂ ਤਿਲ ਫੁੱਲ ਹੀ ਭੇਟ ਕੀਤਾ ਕ੍ਰਿਸ਼ਨ ਜੀ ਦੇ ਚਰਨਾਂ 'ਚ, ਕਹਿੰਦੇ ਫਿਰ ਉਹ ਸੁਦਾਮਾ ਵੀ ਤਰ ਗਿਆ। ਤੇ ਉਗਰ ਸੈਨ, ਇਹ ਜਿਹੜਾ ਉਗਰ ਸੈਨ ਸੀ ਇਹ ਕੰਸ ਦਾ ਪਿਤਾ ਸੀ। ਜਿਸ ਵੇਲੇ ਕੰਸ ਕੁਝ ਕੁ ਉਮਰ ਦਾ ਵੱਡਾ ਹੋਇਆ ਉਹਨੇ ਹੋਸ਼ ਸੰਭਾਲਿਆ ਤੇ ਉਗਰ ਸੈਨ ਨੂੰ ਕੈਦ ਕਰਤਾ ਆਪਣੇ ਪਿਓ ਨੂੰ ਤੇ ਰਾਜ ਗੱਦੀ ਉੱਤੇ ਬੈਠ ਗਿਆ। ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰ ਕੇ ਤੇ ਉਹਦੇ ਹੀ ਪਿਤਾ ਨੂੰ, ਕੰਸ ਦੇ ਪਿਤਾ ਨੂੰ ਉਹਦਾ ਖੋਇਆ ਹੋਇਆ ਰਾਜ ਵਾਪਸ ਦਿਲਾਇਆ। ਇਹਨੂੰ ਕਿਹਾ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ। ਜਪੋ ਜੀ, ਜਪਹੀਨ ਤਪਹੀਨ ਕੁਲਹੀਨ ਨਾਮੇ ਕੇ ਸਵਾਮੀ ਤੇਉਂ ਤਰੇ। ਕਹਿੰਦੇ ਜੇ ਭਾਵੇਂ ਜਪ ਨਹੀਂ ਕੀਤਾ, ਜੇ ਤਪ ਵੀ ਨਹੀਂ ਕੀਤਾ, ਜੇ ਲੋਕ ਕਹਿੰਦੇ ਕੁਲ ਵੀ ਮਾੜੀ ਕਰ ਲਈ ਪਾਪ ਕਰਕੇ ਮਾੜੇ ਕਰਮ ਕਰਕੇ ਤੇ ਕਰਮ ਵੀ ਚੰਗੇ ਨਹੀਂ ਹੈਗੇ, ਕਹਿੰਦੇ ਨਾਮ ਤੋਂ ਬਿਨਾਂ ਵੀ ਤੁਰੇ ਫਿਰਦੇ ਹਾਂ, ਜੇ ਜਪ ਲਾਂਗੇ ਨਾਮੇ ਕੇ ਸਵਾਮੀ ਤੇਉਂ ਤੇਰੇ ਨਾਮ ਦੇ ਨਾਲ ਜਿਨ੍ਹਾਂ ਨੇ ਜਪਿਆ ਉਹ ਵੀ ਤਰ ਗਏ ਤੇ ਉਹਨਾਂ ਨਾਲ ਲੱਗ ਕੇ ਨਾਮਦੇਵ ਵੀ ਤਰ ਗਏ ਜੀ। ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਜਪੋ ਜੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਆ ਸ਼ਬਦ ਜੀ ਅਰਦਾਸ ਦਾ ਸ਼ਬਦ ਹੈ, ਭਗਤ ਰਵਿਦਾਸ ਜੀ ਦਾ ਸ਼ਬਦ। ਭਗਤ ਰਵਿਦਾਸ ਜੀ ਦੀ ਬਾਣੀ ਪਹਿਲਾਂ ਵਿਚਾਰ ਚੁੱਕੇ ਹਾਂ ਜੀ ਅਸੀਂ, ਸ੍ਰੀ ਰਾਗ ਦੇ ਵਿੱਚ ਵੀ ਵਿਚਾਰੀ ਸੀ ਭਗਤ ਰਵਿਦਾਸ ਜੀ ਦੀ। ਆਹ ਜੀ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ। ਗੌੜੀ ਪਹਿਲਾਂ ਵੀ ਆਇਆ ਤੇ ਗੌੜੀ ਗੁਆਰੇਰੀ ਬਾਅਦ ਚ ਵੀ ਆਇਆ ਜੀ। ਦੇਖਿਓ ਗੌੜੀ ਤੇ ਗੁਆਰੇਰੀ ਰਲਾ ਕੇ ਗਾਉਣਾ ਹੈ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਸਿਰਲੇਖ ਹੈ ਜੀ। ਮੇਰੀ ਸੰਗਤ ਪੋਚ, ਪੋਚ ਕਹਿੰਦੇ ਮੈਲੀ ਗੰਦੀ ਨੀਚੀ ਤੋਂ ਨੀਚੀ। ਸੋਚ ਦਿਨ ਰਾਤੀ, ਮੈਨੂੰ ਫਿਕਰ ਪਈ ਹੋਈ ਹੈ ਜਿਹੜੀ ਸੰਗਤ ਮੈਂ ਬਣਾਈ ਬੈਠਾ ਆਪਣੇ ਆਲੇ ਦੁਆਲੇ, ਕੀ ਮੈਂ ਤਰ ਜਾਵਾਂਗਾ, ਕੀ ਹਾਲ ਹੋਏਗਾ ਮੇਰਾ। ਜਿਹਨੂੰ ਕਬੀਰ ਸਾਹਿਬ ਕਹਿੰਦੇ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੈ ਕਬੀਰਾ। ਕਹਿੰਦੇ ਇਹੀ ਹੈ ਮੇਰੀ ਸੰਗਤ ਪੋਚ ਮਾਲੀ ਹੈ, ਸੋਚ ਦਿਨ ਰਾਤੀ ਫਿਕਰ ਹੈ। ਮੇਰਾ ਕਰਮ ਕੁਟਿਲਤਾ, ਕੁਟੀ ਕੁਟ ਲਫ਼ਜ਼ ਜਿਹੜਾ ਹੈ ਟੇਢਾ ਮੇਢਾ, ਕਹਿੰਦੇ ਮੇਰਾ ਜਿਹੜਾ ਕਰਮ ਹੈ ਨਾ ਬੜਾ ਟੇਢਾ ਮੇਢਾ ਚਲਾਕੀਆਂ ਵਾਲਾ ਹੈ। ਜਨਮ ਕੁੰਭਾਤੀ, ਕਹਿੰਦੇ ਮੇਰਾ ਜਨਮ ਵੀ ਕੋਈ ਚੰਗਾ ਨਹੀਂ, ਮੈਂ ਕੋਈ ਬਹੁਤਾ ਚੰਗਾ ਕੰਮ ਨਹੀਂ ਕੀਤਾ ਇਸ ਧਰਤੀ ਤੇ ਆ ਕੇ ਜੀ। ਰਾਮ ਗੁਸਈਆ ਜੀ ਕੇ ਜੀਵਨਾ ਮੋਇਆ ਵਿਸਾਰੋ ਮੈਂ ਜਨ ਤੇਰਾ ਇੰਨਾ ਕੁਛ ਵੀ ਹੈ। ਤਾਈਓ ਭਗਤ ਨਾਮਦੇਵ ਜੀ ਨੇ ਕਿਹਾ ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ। ਜੇ ਇਹ ਵੀ ਹੈ ਤੇ ਕਹਿੰਦੇ ਬਸ, ਜੇ ਇਹ ਵੀ ਹੈ ਤੇ ਕੋਈ ਗੱਲ ਨਹੀਂ, ਆ ਅਰਦਾਸ ਹੀ ਕਰ ਲੋ। ਰਾਮ ਗੁਸਈਆ ਜੀ ਕੇ ਜੀਵਨਾ, ਹੇ ਰਾਮ ਹੇ ਪ੍ਰਭੂ ਹੇ ਰਮੇ ਹੋਏ ਵਾਹਿਗੁਰੂ ਜੀ, ਹੇ ਘੱਟ ਘੱਟ ਦੇ ਜਾਣਨ ਵਾਲੀ, ਤੁਸੀਂ ਸਾਨੂੰ ਜੀਵਨ ਦਿੱਤਾ ਹੈ ਤੇ ਸਾਡੇ ਜੀਵਨ ਨੂੰ ਪਾਲ ਵੀ ਰਹੇ ਹੋ। ਜੀ ਕੇ ਜੀਵਨਾ, ਜੀਵਨ ਦੇ ਕੇ ਤੁਸੀਂ ਸੰਭਾਲ ਵੀ ਕਰ ਰਹੇ ਹੋ। ਮੈਂ ਵਿਸਰ ਜਾਵਾਂ ਕੋਈ ਗੱਲ ਨਹੀਂ ਪ੍ਰਭੂ, ਪਰ ਇਹ ਨਾ ਕਰਿਓ ਕਿ ਮੋਹੇ ਨਾ ਵਿਸਾਰੋ। ਮੈਂ ਜਨ ਤੇਰਾ ਭਾਵੇਂ ਮਾੜੇ ਤੋਂ ਮਾੜਾ ਹਾਂ, ਮੇਰੀ ਪੋਚ ਹੈ ਸੰਗਤ ਕਰਮ ਵੀ ਕੁਟਿਲਤਾ ਹੈ, ਪਰ ਤੁਸੀਂ ਪ੍ਰਭੂ ਜੀ ਮੈਨੂੰ ਨਾ ਵਿਸਾਰਿਓ ਜੀ। ਮੇਰੀ ਹਰ ਵਿਪਤ ਜਨ ਕਰੋ ਸੁਪਾਈ ਚਰਨ ਨਾ ਛਾਡੋ ਸਰੀਰ ਕਲ ਜਾਈ। ਮੇਰੀ ਹਰ ਹੋ ਵਿਪਤ ਵਿਪਤੀ, ਮੇਰੀ ਪਰੇਸ਼ਾਨੀਆਂ ਮੇਰੀ ਮੁਸ਼ਕਲਾਂ ਦੂਰ ਕਰੋ ਪ੍ਰਭੂ। ਜਨ ਕਰਹੋ ਸੁਭਾਈ, ਸੁਭਾ ਮੈਨੂੰ ਚੰਗਾ ਬਖਸ਼ੋ, ਮੈਨੂੰ ਇਸ ਤਰ੍ਹਾਂ ਦਾ ਟਿਕਾ ਬਖਸ਼ੋ ਮੇਰਾ ਮਨ ਟਿਕ ਜਾਏ, ਸੁਭਾਈ ਹੋਏ ਚੰਗਾ ਮਿਲੇ ਮੈਨੂੰ। ਚਰਨ ਨਾ ਛਾਡੋ ਸਰੀਰ ਕੱਲ ਜਾਈ, ਕਹਿੰਦੇ ਪਰ ਮੈਂ ਤੁਹਾਡੇ ਚਰਨ ਨਹੀਂ ਛੱਡਦਾ, ਅੱਜ ਭਾਵੇਂ ਕੱਲ ਦੇ ਭਾਵੇਂ ਅੱਜ ਮੇਰਾ ਸਰੀਰ ਫਨਾ ਹੋਏ
पर प्रभु मैं तुहाडा सिमरन तुहाडी बंदगी संगत नहीं छड़नी जी। कहो रविदास परो तेरी सांबा बेग मिलो जन करना बिलांबा। रविदास जी कहंदे है इनू साभा नहीं पढ़ना सांबा ही पढ़ना है जिवें भाई साहब जी दा उच्चारण है जी। कह रविदास परो तेरी सांबा, सांबा कहंदे शरण, तेरी सभा दे विच आया तेरी शरण च पिया प्रभु, बेग मिलहो देरी ना करो प्रभु, हुण कुछ नहीं पता, कुछ नहीं पता प्रभु, देरी ना करो, कल दा अज दा मन टिकिया कल केड़े पासे भज जाए, बहुत चंचल मन है कुछ नहीं पता, बेग मिलहो जन करना बिलांबा, इस जन नू मिलन लई बिलांबा देर ना करो जी प्रभु, आके हिरदे सेज च वसो जी। बेगम पूरा शहर को नाओ दुख अंधो नहीं ते ठाओ। अगले शब्द दी आरंभता है जी, दुनिया दे लोकां ने स्वर्गां नरकां दा डर पाके कि स्वर्गां च ए मिलेगा दोजक ए है बहिष्ट ए है इथे ए है इथे ए है। रविदास कहिंदे सारी गल्लां मैं खूं खाते पाईयां, आओ भाई रविदास जी कहिंदे मेरी मेरी मेरा हाथ फड़ो, तुहाडी बांह फड़ के मैं तुहानू जिउंदे जी ही इहो जी अवघट घाटी वल लैके जांदा, जिहड़े लोकी स्वर्गां दा तुहानू हुलारा देंदे आ झूठ देंदे आ फरेब मिले ना मिले, मैं तुहानू जिउंदे जी ही इत्थे बैठिया ही तुहानू ऐसी नगरी ऐसे शहर दे विच लैके जांदा जिथे तुहानू परम तो परम आनंद मिल सकदा है जी। बड़ा ही महंगा शब्द है जी, विचार दा कोई दावा नहीं, विचार तो पहला फिर दास बेनती करे, विचार दा कोई दावा नहीं, पर फिर भी सतगुरु जी जिस तरह विचार कराउन। बेगमपुरा शहर को नाउ, ऐसा शहर है सिमरन करने वालियां दे हिरदे विच जेड़ा बेगम है, गम नहीं है उथे जी, उथे चिंता नहीं है, उथे फिकर नहीं है, उथे झोरा नहीं है, उथे डर नहीं है, उथे फरेब नहीं है, उथे किसी किस्म की भी अंदर माड़ी बिरती नहीं, झुरना नहीं है अंदर, यह है बेगमपुरा शहर को ना। उहदा नाम है भगत जी कहिंदे मैं बेगमपुरा रखिया उहदा नाम, यह लफ्ज कित्थे नहीं है किसी किसी ग्रंथ च नहीं जी, किसी लिखतां दे विच तुहानू यह बेगमपुरा नहीं मिलेगा, वह भगत जी की उडारी है, उन्होंने नाम रखिया कहिंदे मैं जब सिमरन की बिरती ते बैठदा तो मेरा मन ऐसे शहर च जांदा है, यह तन की खेड़ नहीं है, एक खेड़ी आत्मा दी अंतर। बेगमपुरा शहर को नाओ दुख अंधो नाही ते ठाओ, ना उथे दुख है, दुख ना पड़े हो जी इनू दुख देख के, उथे दुख नहीं है, अंधो कहिंदे चिंता हनेरा अंदर दिया माड़िया जिहड़ियां ख्याल आपां कल्पनावां करदे आ ना हाए 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 वाले, उनू अंधो क्या है, ना उथे दुख है ना अंधो है ना ही ते ठाउं, उथे इना माड़ी विकारी चिंता दे फुरनिया दी कोई थां नहीं जी। ना तसवीस खिराज ना माल खौफ ना खता ना तरस जवाल। इथे जमीना लईए हाउस टैक्स देने पैंदे है, इथे जिनी ज्यादा इनकम कठी करिए पैसा कमाइए भावे बिजनेस करिए भावे जॉब करिए टैक्सिस देने पैंदे है उस धन नू रखण दे लई, वाइट मनी दिखाउण वास्ते बड़ी ज्यादा मशक्कत रूपी बिरती है, पर फरीद बाबा रविदास जी कहिंदे है कि मैं ऐसे शहर दे विच जा रहा मेरे कोल धन भी है ते उथे बड़ी खुली थां भी है बड़ा असीम थां है कहिंदे, पर उथे ना तसवीस खिराज ना माल, कोई टैक्स नहीं देना पैंदा उथे धन दा, इस नाम दे धन दा कोई टैक्स नहीं है, कोई मैनू उथे पे नहीं करना, कोई हुज्जत नहीं कर सकदा हाँ भाई कित्थों आया तेरे कोल, कहिंदे ऐसा ये धन है ऐसा माल है, कहिंदे इस माल दे उत्ते कोई मैनू हरजाना नहीं देना पैंदा, ना तसवीस खराज ना माल खौफ ना खता ना तरस जवाल, इत्थे दे धन ते जमीना दा खौफ भी है, कहिंदे उस उनू पाउण वास्ते खता भी करदा बंदा, पर कहिंदे वो ऐसा धन है जिहदा कोई खौफ नहीं होण दा, उस थां ते कोई खौफ नहीं, खता खता कहिंदे माड़ा करना दूसरिआं नाल, ना तरस तरस कहिंदे डर जवाल, ना कोई एहो जी बिरती है जिदे अंदर मन दी अग पैदा होए जी। अब मोहे खूब वतन गह पाई
ਮੂਹਾਂ ਖੈਰ ਸਦਾ ਮੇਰੇ ਭਾਈ ਰਹਾਓ। ਬਾਬਾ ਸਾਹਿਬ ਕਹਿੰਦੇ ਹੈ ਬਾਣੀ ਪੜਨ ਵਾਲਿਓ, ਦੁਨੀਆਂ ਦੇ ਲੋਕੋ ਪੜੋ ਬਾਣੀ। ਦੁਨੀਆਂ ਦੇ ਲੋਕੋ, ਇਹ ਕੋਈ ਜ਼ਾਤ ਪਾਤ ਦੀ ਬਾਣੀ ਨਹੀਂ ਹੈ, ਇਹ ਕੋਈ ਫਿਰਕਿਆਂ ਮਜ਼ਹਬਾਂ ਦੀ ਬਾਣੀ ਨਹੀਂ ਹੈ, ਇਹ ਬਾਣੀ ਕਿਸੇ ਖਾਸ ਕਿਸਮ ਦੇ ਲੋਕਾਂ ਦੇ ਲਈ ਨਹੀਂ ਹੈ, ਇਹ ਕੁੱਲ ਮਾਨੁਖਤਾ ਨੂੰ ਸੁੱਖ ਦੇਣ ਲਈ ਹੈ। ਆਓ ਬੈਠੋ ਮੇਰੇ ਨਾਲ, ਬਾਬਾ ਸਾਹਿਬ ਕਹਿੰਦੇ ਬੈਠੋ ਸੰਗਤ ਦੇ ਵਿੱਚ, ਇਸ ਤਨ ਦੀਆਂ ਚਿੰਤਾਵਾਂ, ਤਨ ਦੇ ਰੋਗ ਮਨੋਰੋਗ ਤੋਂ ਖੈੜਾ ਛੁਟਾਓ। ਇਹਨੇ ਸਰੀਰ ਨੂੰ ਨਸ਼ਟ ਕਰਕੇ, ਮਿੱਟੀ ਕਰਕੇ ਰੱਖ ਦੇਣਾ, ਜਿਉਂਦੇ ਜੀ ਹੀ ਆਪਾਂ ਦੁੱਖ ਭੋਗ ਰਹੇ ਹਾਂ। ਕਿਉਂ ਭੋਗ ਰਹੇ ਹੋ ਭਾਈ? ਬਾਬਾ ਸਾਹਿਬ ਕਹਿੰਦੇ ਆਓ ਆਨੰਦ ਮਾਣੋ, ਇਸ ਸਿਮਰਨ ਦੇ ਵਿੱਚ ਬੰਦਗੀ ਦਾ ਵੀ ਆਨੰਦ ਲਓ। ਜਿੱਥੇ ਦੁਨੀਆਂ ਦੇ ਧਨ ਦਾ ਮਾਲ ਦਾ ਆਨੰਦ ਲੈਂਦੇ ਹਾਂ, ਇਹਦਾ ਵੀ ਆਨੰਦ ਲਈਏ। ਅਬ ਮੋਹੇ ਖੂਬ ਵਤਨ ਗਹਿ, ਭਾਈ ਮੈਨੂੰ ਖੂਬ ਵਤਨ ਮਿਲਿਆ, ਉਸ ਥਾਂ ਤੇ ਮੈਂ ਪਹੁੰਚਿਆ, ਮੈਂ ਤੁਹਾਨੂੰ ਵੀ ਲੈ ਕੇ ਜਾਣਾ ਚਾਹੁੰਦਾ। ਉਹਾਂ ਖੈਰ ਸਦਾ ਮੇਰੇ ਭਾਈ, ਮੇਰੇ ਮਿੱਤਰ, ਮੇਰੇ ਭਾਈ, ਉੱਥੇ ਖੈਰ ਹੈ, ਉੱਥੇ ਮਨ ਨੂੰ ਸੁੱਖ ਹੈ, ਉੱਥੇ ਮਨ ਦਾ ਸਹਿਜ ਹੈ, ਮਨ ਦਾ ਸ਼ਾਂਤ ਹੈ, ਸਹਿਜ ਆਨੰਦ ਭਇਆ, ਉੱਥੇ ਸਭ ਕੁਛ ਹੈ ਜੀ ਰਹਾਓ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋ ਮੁਨਾ ਸੇਮ ਏਕ ਸੋ ਆਹੀ। ਉੱਥੇ ਜਿਹੜੀ ਅਵਸਥਾ ਹੈ ਉਹ ਕਾਇਮ ਰਹੇਗੀ, ਦਾਇਮ ਰਹੇਗੀ, ਹਮੇਸ਼ਾ ਟਿੱਕੀ ਰਹਿਣ ਵਾਲੀ ਹੈ, ਤੇ ਪਾਤਸ਼ਾਹੀਆਂ ਮਿਲਣਗੀਆਂ ਉਸ ਅਵਸਥਾ ਤੇ ਪਹੁੰਚ ਕੇ। ਦੋ ਮੁਨਾ ਸੇਮ ਏਕ ਸੋ ਆਹੀ, ਉੱਥੇ ਕੋਈ ਦੂਆ ਤੀਆ ਨਹੀਂ ਹੈ, ਕੋਈ ਐਰਾ ਗੇਰਾ ਨਹੀਂ ਹੈ ਉੱਥੇ। ਇਹਨੂੰ ਕਹਿ ਦਿੰਦੇ ਹਾਂ ਜੀ ਆਹ ਛੋਟਾ ਆ ਵੱਡਾ, ਕਹਿੰਦੇ ਉੱਥੇ ਏਕ ਸੋ ਆਹੀ, ਜਿਹੜਾ ਉਸ ਸਿਮਰਨ ਦੀ ਅਵਸਥਾ ਤੇ ਅਪੜ ਗਿਆ, ਕਹਿੰਦੇ ਸਭ ਇੱਕ ਬਰਾਬਰ ਹੈ ਜੀ। ਆਬਾਦਾਨ ਸਦਾ ਮਸ਼ਹੂਰ, ਮੂਹਾਂ ਗਨੀ ਬਸੈ ਮਾਮੂਰ। ਕੋਈ ਆਮ ਸ਼ਹਿਰ ਨਹੀਂ, ਬੜਾ ਪੌਸ਼ ਏਰੀਆ, ਮਸ਼ਹੂਰ ਹੈ, ਬੜਾ ਪੌਸ਼ ਹੈ, ਬੜਾ ਮਹਿੰਗਾ ਹੈ ਉਹ, ਕੋਈ ਆਮ ਬੰਦਾ ਉੱਥੇ ਨਹੀਂ ਪਹੁੰਚ ਸਕਦਾ, ਉੱਥੇ ਨਹੀਂ ਅਪੜ ਸਕਦਾ, ਕੋਈ ਐਰਾ ਗੈਰਾ ਕੋਈ ਵੀ ਨਹੀਂ। ਕਹਿੰਦੇ ਦੁਨੀਆਂ ਦੇ ਰਈਸਾਂ ਦੀ ਗੱਲ ਨਹੀਂ ਕਰ ਰਿਹਾ ਮੈਂ, ਕਹਿੰਦੇ ਇਹ ਤੇ ਬੰਦਗੀ ਦੀ ਖੇਡ ਹੈ। ਆਬਾਦਾਨ, ਉੱਥੇ ਦੀ ਜਿਹੜੀ ਆਬਾਦੀ ਹੈ, ਕਹਿੰਦੀ ਬੜੀ ਕਰੀਮ ਹੈ ਜੀ ਉੱਥੇ, ਬੜੀ ਬੜੇ ਬੰਦਗੀ ਤੇ ਭਗਤਾਂ ਵਾਲੀਆਂ ਖੇਡਾਂ ਵਾਪਰ ਰਹੀਆਂ ਉਸ ਅਵਸਥਾ ਤੇ, ਉਹ ਮਸ਼ਹੂਰ ਹੈ, ਉਹ ਬੜਾ ਪੌਸ਼ ਏਰੀਆ ਹੈ। ਉਸੇ ਅਗਲੀ ਗੱਲ ਕਰਦੇ, ਊਹਾਂ ਗਨੀ ਬਸੈ ਮਾਮੂਰ, ਕਹਿੰਦੇ ਉਸ ਥਾਂ ਤੇ ਜਿਹੜੇ ਬਸਦੇ ਨੇ ਨਾ, ਬੜੇ ਮਾਮੂਰ, ਕਹਿੰਦੇ ਧਣੀ, ਬੜੇ ਧਣੀ ਨੇ ਉਹ ਲੋਕ, ਬੜੇ ਅਮੀਰ ਨੇ ਉਹ, ਬੜੇ ਵੱਡੇ ਦਿਲ ਵਾਲੇ ਨੇ ਜੀ। ਕਹਿੰਦੇ ਇਸ ਕਰਕੇ ਤੁਸੀਂ ਇਸ ਅਵਸਥਾ ਤੇ ਆਓ ਜਿੱਥੇ ਸਤਿਗੁਰੂ ਜੀ ਨੇ ਦੁਨੀਆਂ ਦੇ ਧਨ ਬਖਸ਼ੇ ਨੇ। ਕਹਿੰਦੇ ਇਹ ਵੀ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ ਦਾ ਧਨ ਹੈ, ਇੱਥੋਂ ਗਰੀਬ ਨਾ ਰਹਿ ਜਿਓ। ਧਨ ਕਰਕੇ ਬੜੀ ਅਮੀਰੀ ਮਾਣ ਰਹੇ ਹਾਂ, ਸਤਿਗੁਰੂ ਜੀ ਹੋਰ ਅਮੀਰੀਆਂ ਬਖਸ਼ਣ, ਹੋਰ ਧਨਾੜ ਬਖਸ਼ਣ, ਸਭ ਕੁਛ ਬਖਸ਼ਣ, ਪਰ ਬਾਬਾ ਸਾਹਿਬ ਕਹਿੰਦੇ ਭਾਈ ਅੰਦਰ ਕਰਕੇ ਗਰੀਬ ਹਾਂ, ਅੰਦਰ ਕਰਕੇ ਕੰਗਾਲ ਹਾਂ, ਮੈਂ ਤੁਹਾਨੂੰ ਐਸੀ ਥਾਂ ਤੇ ਲੈ ਕੇ ਜਾਂਦਾ ਜਿਹੜਾ ਮਾਮੂਰ ਬੜੇ ਧਣੀ ਬਣਾ ਦੇਗਾ ਜੀ। ਤਿਉਂ ਤਿਉਂ ਸੈਲ ਕਰੇ ਜਿਉਂ ਪਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ। ਜਿਹੋ ਜਿਹਾ ਫਿਰ ਆਨੰਦ ਤੁਸੀਂ ਮਾਣਨਾ ਚਾਹੋ, ਸੈਲ ਕਹਿੰਦੇ ਆਨੰਦ ਨੂੰ, ਕਰੇ ਜਿਉਂ ਪਾਵੇ, ਜਿਹੋ ਜਿਹਾ ਪਾਉਂਦੇ ਹੋ ਉਹੋ ਜਿਹਾ ਮਿਲ ਜਾਏਗਾ। ਕਹਿੰਦੇ ਉੱਥੇ ਦਾ, ਕਹਿੰਦੇ ਉੱਥੇ ਦਾ ਨਹੀਂ ਇੱਥੇ ਦਾ ਵੀ, ਉੱਥੇ ਜਾ ਕੇ ਜਿਹੜਾ ਫੁਰਨਾ ਲਓਗੇ ਇੱਥੇ ਵੀ ਕਬੂਲ ਹੋਏਗਾ। ਕਹਿੰਦੇ ਜੋ ਫੁਰਨਾ ਮਨ ਦੇ ਵਿੱਚ ਹੈ, ਸੈਲ ਹਰ ਤਰ੍ਹਾਂ ਦਾ ਆਨੰਦ, ਮਰਹਮ ਮਹਿਰਮ ਮਹਿਲ ਨਾ ਕੋ ਅਟਕਾਵੇ, ਉਸ ਥਾਂ ਤੇ ਜਦ ਤੁਸੀਂ ਪਹੁੰਚ ਗਏ ਕੋਈ ਰੋਕਣ ਵਾਲਾ ਨਹੀਂ ਹੈ, ਉੱਥੇ ਕੋਈ ਹੁੱਜਤ ਕਰਨ ਵਾਲਾ, ਜੀ ਹਾਂਜੀ ਕੌਣ ਕਿੱਥੋਂ ਕਿੱਥੇ। ਕਹਿੰਦੇ ਉੱਥੇ ਜਿਹੜੇ ਮਹਿਰਮ ਨੇ, ਜਦ ਤੁਸੀਂ ਪਹੁੰਚ ਜਾਓਗੇ, ਨਾ ਕੋ ਅਟਕਾਵੇ। ਇਹਨੂੰ ਕਿਹਾ ਆਨੀ ਲੇ ਕਾਗਦ ਕਾਟੀ ਲੇ ਗੂੜੀ ਆਕਾਸ਼ ਮਦੇ, ਭਰਮੀ ਅਲੇ ਪੰਚ ਜਨਾਸੀਓ ਬਾਦ ਬਤਊਆ ਚੀਤ ਸੋਡੋਰੀ ਰਾਖੀ ਅਲੇ। ਕਹਿੰਦੇ ਐਸੀ ਅਵਸਥਾ ਦੇ ਵਿੱਚ ਭਾਵੇਂ ਦੁਨੀਆਂ ਦੇ ਵਿੱਚ ਜਿਉਂਦੇ ਦਿਖੋਗੇ, ਪਰ ਅੰਦਰ ਸੁਰਤ ਟਿੱਕੀ ਰਹੇਗੀ ਜੀ। ਕਹਿ ਰਵਿਦਾਸ ਦੀ, ਇਹ ਭਗਤ ਰਵਿਦਾਸ ਜੀ ਦੀ ਗੱਲ ਨੂੰ ਤੁਸੀਂ ਹਿਰਦੇ ਚ ਵਸਾਓ ਜੀ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸਮੀਤ ਹਮਾਰਾ। ਖਲਾਸ, ਖਲਾਸੀ ਹੋ ਗਏ ਜੀ ਪੰਜ ਵਿਕਾਰਾਂ ਤੋਂ, ਆ ਮੌਕਮ ਫੌਜ ਹਟਲੀ ਤੋਂ ਖਲਾਸ ਹੋ ਗਏ। ਬਾਬਾ ਸਾਹਿਬ ਕਹਿੰਦੇ ਭਾਵੇਂ ਮੈਨੂੰ ਲੋਕਾਂ ਦੇ ਦੁਨੀਆਂ ਦੇ ਲੋਕ ਗਰੀਬ ਤੇ ਚਮਾਰ ਕਹਿੰਦੇ ਸੀ, ਪਰ ਕਹਿੰਦੇ ਮੈਂ ਤੇ ਹੁਣ ਆਬਾਦੀ, ਮੈਂ ਐਸੀ ਆਬਾਦੀ ਚ ਵੱਸ ਰਿਹਾ ਜਿੱਥੇ ਤਨਾੜ ਲੋਕ ਰਹਿੰਦੇ ਆ, ਭਗਤ ਰਹਿੰਦੇ ਆ, ਮੈਨੂੰ ਕੌਣ ਕਹਿ ਸਕਦਾ, ਮੈਂ ਤੇ ਖਲਾਸੀ ਪ੍ਰਾਪਤ ਕਰ ਲਈ ਹੈ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਬਾਬਾ ਸਾਹਿਬ ਕਹਿੰਦੇ ਭਾਈ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਨਹੀਂ ਗੱਲ ਕਰਦਾ ਹੁਣ,
मैं तुहानू नहीं पुछदा, मैं इत्थे जिस तरह असीं सिक्योरिटी गार्ड्स बिठाए होंदे आ, गेट लाए होंदे आ, कोई इत्थे पास बाय इत्थों ना लंघे, कोई ट्रेस पासर नूं लंघण नहीं दिंदे उहदे विच्चों। हाँ जी, आ कोई लंघण दा रस्ता नहीं इत्थे, ते उह आएगा जो इत्थे दा वसनीक है, जो इत्थे दा शहरी है। बाबा साहब कहिंदे मैं भी उहदे नाल सिद्धी गल करदा जिहड़ा मेरे इस शहर दे विच वसण वाला है। जो हम शहरी जे कोई इस सिमरन वाली अवस्था ते जान नूं तैयार है, मन नूं पवित्र करन नूं तैयार है, टिका के सिमरन च बैठन नूं तैयार है, ते बाबा साहब कहिंदे फिर मेरा मेरा मित्र है, फिर मैं भी मिलांगा उन्नू उस शहर दे विच जी। हाँ जी, अगला समा है जी, कैप्टन यशपाल सिंह जी आ रहे ने जी। बस एक शब्द आ वड्डा हो जाएगा शब्द जी, इस करके कर लिए जी। जे आए हुए ने ते वो आप संगतां नूं 9 बजे तो लैके 9:40 तक अमृत, गुरु ग्रंथ साहब जी की बाणी विच्चों भी अमृत, ते गुरु गोबिंद सिंह महाराज जी की खंडे वाटे की पौल है। ठीक है जी, सतगुरु जी मेहर करन, महंगे सी कुछ शब्द, सो सतगुरु जी मेहर करन ये अगली बाणी जिहड़ी है, रविदास जी के ही शब्द ने, कल तो विचार शुरू करांगे। अज बहुत ही मौजिस हस्ती, बहुत ही पतवंते सज्जन साढ़े विच आए ने, आप संगतां दे विचकार आए ने, उन्हां नूं भी माण बख्शो। तुसीं आप ही इसी तरह टिका दे विच थोड़ा समा होर बैठो, क्योंकि बहुत विद्वता है, बहुत सतगुरु जी की बख्शिश है उन्हां दे बचना दे विच, कर्मां दे विच, बाणी दा भी बड़ा अभ्यास है। वो आप जी नूं सतगुरु जी की खंडे बाटे की पौल की अमृत की महानता बारे दसणगे। विचार करदिआं बाणी पढ़दिआं बेअंत प्रकार की भुलां गलतियां बख्श दो जी, भुलां चुकां की खिमा गज वज के फतेह बुलाओ जी। आखो जी वाहिगुरु जी का खालसा वाहिगुरु जी की फतेह। सत्कारयोग गुरु खालसा साहिब सगत जी, वाहिगुरु जी का खालसा वाहिगुरु जी की फतेह। सन 1699 च साहिबां दे साहिब श्री गुरु गोबिंद सिंह महाराज ने कई महीने पहले पत्र इनविटेशन भेजे संगतां नूं कि विसाखी के मौके आनंदपुर साहब पहुंचो, क्योंकि एक बड़ा वड्डा डिसीजन लेना सी उन्होंने, जिहड़ा विसाखी दे दिन अमृत संचार किया गया उसले। इस वास्ते इस स्थान पर भी 21 अप्रैल बड़ा वड्डा महान यज्ञ होने जा रहा है, गुरु वाले कई बनणगे, निगुरे जिहड़े हन गुरु वाले बनना है। उस संबंध में आप जी का यह तकरीबन 21 अप्रैल तक ही रोजाना थोड़ा टाइम